ਫਰੈਂਡਸ ਵੈਲਕਮ ਟੂ ਔਨ ਮਾਈ ਯੂਟਿਊਬ ਚੈਨਲ ਨਈ ਉਡਾਨ ਬਾਈ ਸੁਦੀਪ ਸ਼ਰਮਾ ਅੱਜ ਦਾ ਜੋ ਟੌਪਿਕ ਹੈ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਸਾਰੇ ਵਿਦਿਆਰਥੀਆਂ ਲਈ ਕਿਉਂਕਿ ਅੱਜ ਪੇਪਰ ਕਰਾਇਆ ਜਾ ਰਿਹਾ ਹੈ ਹਿਸਟਰੀ ਦਾ ਜੋ ਕਿ 2016 ਵਿੱਚ ਪੰਜਾਬ ਸਰਕਾਰ ਦੁਆਰਾ ਲੈਕਚਰਰ ਪੋਸਟ ਲਈ ਪੇਸ਼ ਕੀਤਾ ਗਿਆ ਸੀ ਸੋ ਦੋਸਤੋ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜੇਕਰ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੱਧ ਤੋਂ ਆ ਸ਼ੇਅਰ ਕਰੋ ਤਾਂ ਜੋ ਹੋਰ ਲੋੜਵੰਦ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਸਕੇ ਠੀਕ ਹੈ ਜੀ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾ ਕੁਐਸਚਨ ਠੀਕ ਹੈ ਜੀ ਪੇਪਰ ਦਾ ਸੋ ਸਟਾਰਟ ਕਰਦੇ ਹਾਂ ਪਹਿਲਾ ਕੁਐਸਚਨ ਹਾਂਜੀ ਭਾਰਤ ਵਿੱਚ ਆਰਜੀ ਸਰਕਾਰ ਦਾ ਮੁਖੀ ਕੌਣ ਸੀ ਭਾਰਤ ਵਿੱਚ ਆਰਜੀ ਸਰਕਾਰ ਦਾ ਮੁਖੀ ਕੌਣ ਸੀਗਾ ਜੀ ਭਾਰਤ ਵਿੱਚ ਆਰਜੀ ਸਰਕਾਰ ਦਾ ਮੁਖੀ ਸੀ ਆਪਸ਼ਨ ਏ ਜਵਾਹਰ ਲਾਲ ਨਹਿਰੂ ਭਾਰਤ ਵਿੱਚ ਆਰਜੀ ਸਰਕਾਰ ਦਾ ਮੁਖੀ ਸੀਗਾ ਜੀ ਆਪਸ਼ਨ ਏ ਜਵਾਹਰ ਲਾਲ ਨਹਿਰੂ ਅਗਲਾ ਕੁਐਸਚਨ ਹੈ ਜੀ ਭਾਰਤ ਵਿੱਚ ਲਾਰਡ ਬੇਬਲ ਤੋਂ ਬਾਅਦ ਵਾਇਸਰਾਏ ਕੌਣ ਬਣਿਆ ਸੀਗਾ ਹਾਂਜੀ ਭਾਰਤ ਵਿੱਚ ਲਾਰਡ ਬੇਬਲ ਤੋਂ ਬਾਅਦ ਵਾਈਸਰਾਏ ਕੌਣ ਬਣਿਆ ਸੀ ਤਾਂ ਇਹ ਬਣਿਆ ਸੀ ਸਾਡੇ ਮਾਉਂਟ ਬੈਂਟਨ ਸਾਹਿਬ ਆਪਸ਼ਨ ਬੀ ਠੀਕ ਹੈ ਜੀ ਲਾਰਡ ਲੂਇਸ ਮਾਉਂਟ ਬੈਂਟਨ ਲਾਰਡ ਲੂਇਸ ਮਾਉਂਟ ਬੈਂਟਨ ਇਸ ਦਾ ਕਰੈਕਟ ਆਨਸਰ ਹੈ ਜੀ ਅਗਲਾ ਕੁਐਸਚਨ ਹੈ ਜੀ ਪਾਕਿਸਤਾਨ ਹੋਂਦ ਵਿੱਚ ਆਇਆ ਹਾਂਜੀ ਪਾਕਿਸਤਾਨ ਕਦੋਂ ਹੋਂਦ ਵਿੱਚ ਆਇਆ ਪਾਕਿਸਤਾਨ ਹੋਂਦ ਵਿੱਚ ਆਇਆ ਸੀ ਆਪਸ਼ਨ ਬੀ ਇਸ ਦਾ ਕਰੈਕਟ ਆਨਸਰ ਹੈ ਜੀ 14 ਅਗਸਤ 1947 ਨੂੰ 14 ਅਗਸਤ 1947 ਨੂੰ ਪਾਕਿਸਤਾਨ ਹੋਂਦ ਵਿੱਚ ਆਇਆ ਸੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਸੁਤੰਤਰਤਾ ਸਮੇਂ ਮਹਾਤਮਾ ਗਾਂਧੀ ਕਿੱਥੇ ਸੀ ਹਾਂਜੀ ਸੁਤੰਤਰਤਾ ਸਮੇਂ ਮਹਾਤਮਾ ਗਾਂਧੀ ਕਿੱਥੇ ਸੀ ਆਪਸ਼ਨ A ਹੈ ਜੀ ਮੁੰਬਈ ਵਿੱਚ ਆਪਸ਼ਨ B ਹੈ ਜੀ ਦਿੱਲੀ ਵਿੱਚ ਆਪਸ਼ਨ C ਹੈ ਜੀ ਕੋਲਕੱਤਾ ਵਿੱਚ ਆਪਸ਼ਨ D ਹੈ ਜੀ ਲਾਹੌਰ ਵਿੱਚ ਤਾਂ ਇਸ ਦਾ ਕਰੈਕਟ ਆਨਸਰ ਕੀ ਹੈ ਜੀ ਆਪਸ਼ਨ C ਕੋਲਕੱਤਾ ਦੇ ਵਿੱਚ ਆਪਸ਼ਨ C ਕੋਲਕੱਤਾ ਦੇ ਵਿੱਚ ਅਗਲਾ ਕੁਐਸਚਨ ਹੈ ਜੀ ਭਾਰਤੀ ਨੈਸ਼ਨਲ ਕਾਂਗਰਸ ਨੇ 7 ਅਗਸਤ 1947 ਨੂੰ ਸੱਤ ਅਗਰਹਿ ਮਹਮ ਕਿੱਥੇ ਚਲਾਈ ਸੀ ਦੇਖੋ ਇਹ ਕੁਐਸਚਨ ਦਾ ਨੰਬਰ ਹਰ ਇੱਕ ਵਿਦਿਆਰਥੀ ਨੂੰ ਮਿਲਿਆ ਕਿਉਂਕਿ ਇਹ ਕੁਐਸਚਨ ਹੀ ਗਲਤ ਹੈ ਜੋ ਇਸ ਦੇ ਵਿੱਚ 7 ਅਗਸਤ 1947 ਹੈ ਨਾ ਜੀ ਇੱਥੇ ਹੈ ਜੀ 8 ਅਗਸਤ 1942 ਨੂੰ ਠੀਕ ਹੈ ਜੀ ਜੋ ਸੱਤ ਅਗਰਹਿ ਮਹਮ ਚਲਾਈ ਸੀ ਮਹਾਤਮਾ ਗਾਂਧੀ ਜੀ ਨੇ ਇਹ ਚਲਾਈ ਸੀ ਮੁੰਬਈ ਦੇ ਵਿੱਚ ਠੀਕ ਹੈ ਜੀ ਸੋ ਇਸ ਕਰਕੇ ਇਸ ਕੁਐਸਚਨ ਦਾ ਜੋ ਨੰਬਰ ਹੈ ਹਰ ਇੱਕ ਵਿਦਿਆਰਥੀ ਨੂੰ 2016 ਦੇ ਲੈਕਚਰਰ ਇਹ ਪੇਪਰ ਵਿੱਚ ਮਿਲਿਆ ਸੀਗਾ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਬੀਪੀ ਮਾਨਨ ਵਾਜ ਦਾ ਸੈਕਟਰੀ ਟੂ ਹਾਂਜੀ ਜੋ ਬੀਪੀ ਮਾਨਨ ਨੇ ਉਹ ਕਿਸ ਦੇ ਸੈਕਟਰੀ ਸੀ ਉਹ ਸਨ ਜੀ ਆਪਸ਼ਨ ਬੀ ਸਰਦਾਰ ਵੱਲਭਭਾਈ ਪਟੇਲ ਦੇ ਸਰਦਾਰ ਵੱਲਭਭਾਈ ਪਟੇਲ ਦੇ ਸੈਕਟਰੀ ਸਨ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਹਾਂਜੀ ਭਾਰਤ ਦਾ ਸੰਵਿਧਾਨ ਆਪਸ਼ਨ ਇੱਥੇ ਡੀ ਹੈ ਜੀ 26 ਜਨਵਰੀ 26 ਜਨਵਰੀ 1950 ਨੂੰ 26 ਜਨਵਰੀ 1950 অপশন ডি ইজ দা கரெક્ટ आंसर ਹੈ ਅਗਲਾ ਕੁਐਸਚਨ ਹੈ ਜੀ ਪੁਨਰ ਉਤਪਤੀ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਸੀ ਠੀਕ ਹੈ ਜੀ ਵੇਅਰ ਡਿਡ ਰੀਨੈਸਾਂਸ ਫਰਸਟ ਬਿਗਨ ਤਾਂ ਇਹ ਹੋਇਆ ਸੀ ਜੀ ਸਾਡਾ ਇਟਲੀ ਦੇ ਵਿੱਚ অপশন ਡੀ ਹੈ ਜੀ ਇਟਲੀ ਇਟਲੀ ਇਜ਼ ਦਾ கரெક્ટ ਆਨਸਰ ਹੈ ਪੁਨਰ ਜੋ ਜਾਗਰਨ ਹੈ ਉਹ ਇਟਲੀ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਅੱਗੇ ਹੈ ਜੀ ਮੋਨਾਲੀਸਾ ਦੁਆਰਾ ਕਿਸ ਨੂੰ ਯਾਦ ਕੀਤਾ ਜਾਂਦਾ ਹੈ ਹਾਂਜੀ ਜੋ ਮੋਨਾਲੀਸਾ ਦੀ ਰਚਨਾ ਕੀਤੀ ਹੈ ਚਿੱਤਰ ਦੀ ਉਹ ਕਿਸ ਦੁਆਰਾ ਕੀਤੀ ਗਈ ਸੀ ਠੀਕ ਹੈ ਤਾਂ ਇਸ ਦਾ ਕਰੈਕਟ ਆਨਸਰ ਕੀ ਹੋਵੇਗਾ ਜੀ অপਸ਼ਨ ਇੱਥੇ ਏ ਹੈ ਜੀ ਮਾਈਕਲ ਐਂਜਲੋ অপਸ਼ਨ ਬੀ ਹੈ ਜੀ ਲਿਨਾਰਡੋ ਵਿਨਸੀ অপਸ਼ਨ ਸੀ ਹੈ ਜੀ ਰਾਫੇਲ অপਸ਼ਨ ਡੀ ਹੈ ਜੀ ਮਕੀਵਲੀ ਤਾਂ ਇਸ ਦਾ ਕਰੈਕਟ ਆਨਸਰ ਕੀ ਹੈ ਜੀ অপਸ਼ਨ ਬੀ ਲਿਨਾਰਡੋ ਵਿਨਸੀ ਲਿਨਾਰਡੋ ਵਿਨਸੀ ਨੇ ਮੋਨਾਲੀਸਾ ਦਾ ਚਿੱਤਰ ਬਣਾਇਆ ਸੀਗਾ ਅੱਗੇ ਹੈ ਜੀ पुनर्गठन ਨਾਲ ਕੌਣ ਜੁੜਿਆ ਹੋਇਆ ਹੈ? ਪੁਨਰਗਠਨ ਮਤਲਬ ਰੀਫਾਰਮੇਸ਼ਨ ਧਰਮ ਸੁਧਾਰ ਲਹਿਰ ਨਾਲ ਕੌਣ ਜੁੜਿਆ ਹੋਇਆ ਹੈ? ਤਾਂ ਇਹ ਜੁੜਿਆ ਹੈ ਜੀ ਮਾਰ틴 ਲੂਥਰ ਕਿੰਗ। ਆਪਸ਼ਨ ਡੀ ਇਸ ਦਾ ਕਰੈਕਟ ਆਨਸਰ ਹੈ ਮਾਰ틴 ਲੂਥਰ ਕਿੰਗ। ਠੀਕ ਹੈ ਜੀ ਡੀ ਇਸ ਦਾ ਕਰੈਕਟ ਆਨਸਰ ਹੈ। ਅੱਗੇ ਹੈ ਜੀ ਪਾਪ ਕਿਸ ਚਰਚ ਨਾਲ ਸੰਬੰਧਿਤ ਹੈ? ਹਾਂਜੀ ਪਾਪ ਕਿਸ ਨਾਲ ਚਰਚ ਨਾਲ ਸੰਬੰਧਿਤ ਹੈ ਜੀ? ਇੱਥੇ ਕਰੈਕਟ ਆਨਸਰ ਹੈ ਜੀ ਆਪਸ਼ਨ ਏ ਕੈਥੋਲਿਕ ਨਾਲ। ਆਪਸ਼ਨ ਏ ਕੈਥੋਲਿਕ। ਠੀਕ ਹੈ ਜੀ ਪਾਪ ਕੈਥੋਲਿਕ ਚਰਚ ਨਾਲ ਸੰਬੰਧਿਤ ਹੈ। ਅੱਗੇ ਹੈ ਜੀ ਫਰੈਂਚ ਅੰਦੋਲਨ ਸਮੇਂ ਫਰਾਂਸ ਤੇ ਕੌਣ ਰਾਜ ਕਰਦਾ ਸੀ ਹਾਂਜੀ ਜੋ ਫਰਾਂਸ ਵਿੱਚ ਅੰਦੋਲਨ ਚੱਲਿਆ ਉਸ ਸਮੇਂ ਉਸ ਸਮੇਂ ਦਾ ਰਾਜਾ ਕਿਹੜਾ ਸੀਗਾ ਜੀ ਲੁਈਸ 16ਵਾਂ ਠੀਕ ਹੈ ਜੀ ਆਪਸ਼ਨ ਸੀ ਇਸ ਦਾ ਕਰੈਕਟ ਆਨਸਰ ਹੈ ਲੁਈਸ 16ਵਾਂ ਠੀਕ ਹੈ ਜੀ ਆਪਸ਼ਨ ਇਸ ਦਾ ਕਰੈਕਟ ਸੀ ਲੁਈਸ 16ਵਾਂ ਅੱਗੇ ਹੈ ਜੀ ਦਾ ਟੈਨਿਸ ਕੋਰਟ ਓਥ ਇਜ਼ ਅਸਿਸਟਡ ਵਿਦ ਮਤਲਬ ਕਿ ਇਹ ਟੈਨਿਸ ਕੋਰਟ ਸੰਬੰਧਿਤ ਹੈ ਕਿਸ ਨਾਲ ਇਹ ਹੈ ਜੀ ਫਰਾਂਸ ਦੇ ਰੈਵੋਲੂਸ਼ਨ ਨਾਲ ਸੋ ਇੱਥੇ ਫਰਾਂਸ ਦਾ ਰੈਵੋਲੂਸ਼ਨ ਨਹੀਂ ਹੈਗਾ ਤਾਂ ਇਸ ਕਰਕੇ ਇਸ ਦਾ ਕਰੈਕਟ ਆਨਸਰ ਕੀ ਹੋਊਗਾ ਜੀ অপਸ਼ਨ ਡੀ ਉਪਰੋਕਤ ਕੋਈ ਨਹੀਂ ਠੀਕ ਹੈ ਜੀ ਅਗਲਾ ਕੁਐਸਚਨ ਕਰਦੇ ਹਾਂ ਜੀ ਆਪਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਫਰਾਂਚ ਅੰਦੋਲਨ ਨਾਲ ਗੂੜ੍ਹਾ ਸਬੰਧਿਤ ਹੈ ਹਾਂਜੀ ਜੋ ਫਰਾਂਸ ਵਿੱਚ ਅੰਦੋਲਨ ਚੱਲਿਆ ਸੀਗਾ ਇਹਨਾਂ ਵਿੱਚੋਂ ਕਿਹੜੀ ਜਗ੍ਹਾ ਦਾ ਸਬੰਧ ਉਸ ਨਾਲ ਗੂੜਾ ਸਬੰਧ ਹੈ ਤਾਂ ਉਹ ਹੈ ਜੀ ਵੈਸਟਾਈਲ ਦਾ ਕਿਲਾ অপਸ਼ਨ ਡੀ অপਸ਼ਨ ਸੀ ਇਸ ਦਾ ਕਰੈਕਟ ਆਨਸਰ ਹੈ ਵੈਸਟਾਈਲ ਦਾ ਕਿਲਾ ਵੈਸਟਾਈਲ ਦਾ ਕਿਲਾ ਜੋ ਫਰੈਂਚ ਰੈਵੋਲੂਸ਼ਨ ਹੈ ਉਸ ਨਾਲ ਜੁੜਿਆ ਹੋਇਆ ਹੈ ਠੀਕ ਹੈ ਜੀ ਅਗਲਾ ਕੁਐਸਚਨ ਹੈ 15ਵਾਂ ਕੁਐਸਚਨ ਦਹਸ਼ਤ ਦੀ ਪ੍ਰਭੂਤਾ ਦੌਰਾਨ ਕੌਣ ਇਸ ਦਾ ਪ੍ਰਮੁੱਖ ਸੀਗਾ ਠੀਕ ਹੈ ਜੀ ਕੌਣ ਦਹਸ਼ਤ ਜੋ ਪ੍ਰਭੂਤਾ ਸੀ ਫਰਾਂਸ ਦੇ ਵਿੱਚ ਉਸ ਦਾ ਪ੍ਰਮੁੱਖ ਦਾ ਕੀ ਨਾਮ ਸੀ ਤਾਂ ਉਹਦੇ ਪ੍ਰਮੁੱਖ ਦਾ ਨਾਮ ਸੀਗਾ ਜੀ ਰੋਬਸਪੀਰ ਰੋਬਸਪੀਰ ਏ ਇਸ ਦਾ ਕਰੈਕਟ ਆਨਸਰ ਹੈ ਰੋਬਸਪੀਰ ਅਗਲਾ ਕੁਐਸਚਨ ਹੈ ਜੀ ਨੇਪੋਲੀਅਨ ਬੈਨਾਪੋਟ ਨੇ ਮਹੱਤਵ ਪ੍ਰਾਪਤ ਕੀਤਾ ਸੀ ਹਾਂਜੀ ਨੇਪੋਲੀਅਨ ਬੈਨਾਪੋਟ ਨੇ ਮਹੱਤਵ ਪ੍ਰਾਪਤ ਕੀਤਾ ਕਿਸ ਵਿੱਚ ਜੀ ਆਪਸ਼ਨ ਬੀ ਦਾ ਨੈਸ਼ਨਲ ਅਸੈਂਬਲੀ ਵਿੱਚ ਦਾ ਨੈਸ਼ਨਲ ਅਸੈਂਬਲੀ ਵਿੱਚ ਨੇਪੋਲੀਅਨ ਬੈਨਾਪੋਟ ਨੇ ਆਪਣਾ ਜੋ ਮਹੱਤਵ ਹੈ ਵਧਾ ਲਿਆ ਸੀ ਅਗਲਾ ਕੁਐਸਚਨ ਹੈ ਜੀ ਗਲੂਟਿਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਜੋ ਗਲੂਟਿਨ ਹੈ ਉਹ ਕਿਸ ਲਈ ਸ਼ਬਦ ਵਰਤੇ ਜਾਂਦਾ ਹੈ ਇਹ ਵਰਤੇ ਜਾਂਦਾ ਹੈ ਸਾਡਾ ਜੀ ਫਾਂਸੀ ਦੇ ਲਈ ਆਪਸ਼ਨ ਬੀ ਫਾਂਸੀ ਦੇ ਲਈ ਠੀਕ ਹੈ ਜੀ ਫਾਂਸੀ ਲਈ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਗਿਲੋਟਿਨ ਦੀ ਅਗਲਾ ਕੁਐਸਚਨ ਹੈ ਜੀ ਮੈਰੀ ਐਟਨੋਟ ਕੌਣ ਸੀ ਮੈਰੀ ਐਟਨੋਟ ਕੌਣ ਸੀ ਦੇਖੋ ਜੀ ਚਾਰੇ ਆਪਸ਼ਨ ਧਿਆਨ ਨਾਲ ਪੜੋ ਦੇਖੋ ਪਹਿਲਾ ਲਿਖਿਆ ਹੋਇਆ ਜੀ ਡਾਂਸਰ ਦੂਸਰਾ ਬੀ ਲਿਖਿਆ ਹੋਇਆ ਜੀ ਫਿਲਾਸਫਰ ਆਪਸ਼ਨ ਸੀ ਲਿਖਿਆ ਜੀ ਕੁਇਨ ਆਪਸ਼ਨ ਡੀ ਲਿਖਿਆ ਪ੍ਰਿੰਸੈਸ ਦੇਖੋ ਕੁਇਨ ਤੇ ਪ੍ਰਿੰਸੈਸ ਪ੍ਰਿੰਸੈਸ ਮਤਲਬ ਰਾਜਕੁਮਾਰੀ ਕੁਇਨ ਮਤਲਬ ਰਾਣੀ ਸੋ ਇਹ ਰਾਣੀ ਹੀ ਸੀ ਕਿਸ ਦੀ ਫਰਾਂਸ ਦੀ ਆਪਸ਼ਨ ਸੀ ਇਸ ਦਾ ਕਰੈਕਟ ਅਨਸਰ ਹੈ ਰਾਣੀ ਸੀ ਜੀ ਫਰਾਂਸ ਦੀ ਠੀਕ ਹੈ ਜੀ ਮੈਰੀ ਐਂਟਨੋ ਅਗਲਾ ਕੁਐਸਚਨ ਹੈ ਜੀ ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਨਾਲ ਕਿਹੜਾ ਦੇਸ਼ ਜੁੜਿਆ ਹੈ ਹਾਂਜੀ ਉਦਯੋਗਿਕ ਕ੍ਰਾਂਤੀ ਸਭ ਤੋਂ ਪਹਿਲਾਂ ਕਿੱਥੇ ਹੋਈ ਤਾਂ ਇਹ ਹੋਈ ਸੀ ਸਾਡੇ ਆਪਸ਼ਨ ਏ ਇੰਗਲੈਂਡ ਦੇ ਵਿੱਚ ਇਹ ਹੋਈ ਸੀ ਸਾਡੇ ਆਪਸ਼ਨ ਏ ਇੰਗਲੈਂਡ ਦੇ ਵਿੱਚ ਠੀਕ ਹੈ ਜੀ ਅਗਲਾ ਕੁਐਸਚਨ ਹੈ ਮਸ਼ੀਨਰੀ ਨੂੰ ਭਾਫ਼ ਪ੍ਰਦਾਨ ਕਰਨ ਦੇ ਪ੍ਰਯੋਗ ਨਾਲ ਕੌਣ ਜੁੜਿਆ ਹੈ ਹਾਂਜੀ ਭਾਫ਼ ਦਾ ਜੋ ਪ੍ਰਯੋਗ ਹੈ ਮਸ਼ੀਨਰੀ ਵਿੱਚ ਉਸ ਨਾਲ ਕਿਹੜਾ ਵਿਅਕਤੀ ਜੁੜਿਆ ਹੋਇਆ ਹੈ ਤਾਂ ਇੱਥੇ கரੈਕਟ ਆਨਸਰ ਕੀ ਆਵੇਗਾ ਜੀ ਆਪਸ਼ਨ ਸੀ অপশন সি জেমস ওয়াট জেমস ওয়াট ਇਸ ਨਾਲ জুੜਿਆ ਹੋਇਆ ਹੈ ਇਹ ਜੋ পেਪਰ ਹੈ ਬਹੁਤ ਹੀ ਇੰਪੋਰਟੈਂਟ ਹੈ ਹਰ ਇੱਕ ਵਿਦਿਆਰਥੀ ਲਈ ਜਿਹੜੇ ਵਿਦਿਆਰਥੀ ਐਸਐਸਟੀ ਮਾਸਟਰ ਜੇਤਰੀ ਤਿਆਰੀ ਕਰ ਰਹੇ ਨੇ ਜਾਂ ਪੰਜਾਬ ਸੇ ਟੈਟ ਦੀ ਤਿਆਰੀ ਕਰ ਰਹੇ ਨੇ ਜਾਂ ਸੀਟੈਟ ਦੇ एग्जाम ਦੀ ਤਿਆਰੀ ਕਰ ਰਹੇ ਨੇ ਸੋ ਅਗਲਾ ਕੁਐਸਚਨ ਹੈ ਜੀ ਰੇਲਵੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿੱਥੇ ਹੋਈ ਸੀ ਰੇਲਵੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹੋਈ ਸੀ ਜੀ অপশন ਬੀ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਰੇਲਵੇ ਦੀ ਸ਼ੁਰੂਆਤ ਕੀਤੀ ਗਈ ਸੀ ਅਗਲਾ ਕੁਐਸਚਨ ਹੈ ਜੀ ਜੋ ਮਾਂਚੈਸਟਰ ਸ਼ਹਿਰ ਹੈ ਇਸ ਦੇ ਕੇਂਦਰ ਦੇ ਤੌਰ ਤੇ ਉੱਭਰਿਆ ਕਿਸ ਦੇ ਕੇਂਦਰ ਦੇ ਤੌਰ ਤੇ ਉੱਭਰਿਆ ਸੀ ਜੋ ਮਾਂਚੈਸਟਰ ਸ਼ਹਿਰ ਹੈ ਕਿਸ ਲਈ ਮਸ਼ਹੂਰ ਸੀ ਤਾਂ ਇਹ ਮਸ਼ਹੂਰ ਸੀ ਸਾਡੇ ਆਪਸ਼ਨ ਡੀ ਉਦਯੋਗ ਲਈ ਠੀਕ ਹੈ ਜੀ ਇੰਡਸਟਰੀ ਲਈ ਜੋ ਮਾਂਚੈਸਟਰ ਦਾ ਸ਼ਹਿਰ ਹੈ ਉਹ ਇੰਡਸਟਰੀ ਲਈ ਮਸ਼ਹੂਰ ਹੈ ਅਗਲਾ ਕੁਐਸਚਨ ਹੈ ਜੀ 23ਵਾਂ Karl Marx is known for his work ਹਾਂਜੀ Karl Marx ਆਪਣੇ ਕਿਸ ਕੰਮ ਕਰਕੇ ਜਾਣਿਆ ਜਾਂਦਾ ਹੈ ਉਸ ਨੇ ਇੱਕ ਕਿਤਾਬ ਲਿਖੀ ਸੀ ਜੋ ਕਿ ਅੱਜ ਵੀ ਕਾਮਰੇਡਾਂ ਦੇ ਲਈ ਬਾਈਬਲ ਹੈ ਉਹ ਸੀ ਦਾ ਦਾਸ ਕੈਪੀਟਲ ਆਪਸ਼ਨ A ਦਾ ਦਾਸ ਕੈਪੀਟਲ ਦਾਸ ਕੈਪੀਟਲ ਉਹਨਾਂ ਦੀ ਹੀ ਕਿਤਾਬ ਹੈ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ 24ਵਾਂ ਹੈਠ ਦਿੱਤਿਆਂ ਵਿੱਚੋਂ ਕਿਸ ਨੇ ਸੌਹਰਦ ਸੰਧੀ ਨੂੰ ਅਪਣਾਇ ਸੀ ਸੌਹਰਦ ਸੰਧੀ ਇੰਟੇਟ ਕੋਰਡੀਨਲ ਤਾਂ ਇਹ ਸੀਗਾ ਜੀ ਸਾਡੇ ਆਪਸ਼ਨ D ਅੰਗਰੇਜ਼ ਤੇ ਫਰਾਂਸੀਸੀ ਯਾਨੀ ਕਿ ਐਂਗਲੋ ਫ੍ਰੈਂਚ অপਸ਼ਨ ਡੀ ਇਸ ਦਾ கரੈਕਟ ਅਨਸਰ ਹੈ ਜੀ ਐਂਗਲੋ ਫ੍ਰੈਂਚ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਆਰਕ ਡਿਊਕ ਫਰਦੀਨੰਦ ਸੰਬੰਧਿਤ ਸੀ ਜੋ ਆਰਕ ਡਿਊਕ ਹੈ ਫਰਦੀਨੰਦ ਕਿਸ ਨਾਲ ਸੰਬੰਧਿਤ ਸੀ ਕਿਸ ਦੇਸ਼ ਨਾਲ ਸੰਬੰਧਿਤ ਸੀ ਜਰਮਨ ਸਾਮਰਾਜ ਨਾਲ অপਸ਼ਨ ਬੀ ਆਸਟ੍ਰੋ ਹੰਗਰੀ ਸਾਮਰਾਜ ਨਾਲ অপਸ਼ਨ ਸੀ ਰੂਸੀ ਸਾਮਰਾਜ ਨਾਲ অপਸ਼ਨ ਡੀ ਬ੍ਰਿਟਿਸ਼ ਸਾਮਰਾਜ ਨਾਲ ਤਾਂ ਇੱਥੇ கரੈਕਟ ਅਨਸਰ ਕੀ ਹੈ ਜੀ অপਸ਼ਨ ਬੀ ਆਸਟ੍ਰੋ ਹੰਗਰੀ ਸਾਮਰਾਜ ਨਾਲ ਆਸਟ੍ਰੋ ਹੰਗਰੀ ਸਾਮਰਾਜ ਨਾਲ ਉਹ ਸਵੰਦਤ ਸੀਗਾ ਠੀਕ ਹੈ ਜੀ ਉਥੋਂ ਦਾ ਉਹ ਰਾਜਕਮਰ ਸੀ ਅਗਲਾ ਕੁਐਸਚਨ ਹੈ ਜੀ ਅਮਰੀਕਾ ਪਹਿਲੇ ਵਿਸ਼ਵ ਯੁੱਧ ਵਿੱਚ ਕਦੋਂ ਸ਼ਾਮਲ ਹੋਇਆ ਸੀ ਹਾਂਜੀ ਜੋ ਅਮਰੀਕਾ ਹੈ ਉਹ ਕਿਸ ਸਨ ਦੇ ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਇਆ ਤਾਂ ਇਸ ਦਾ ਕਰੈਕਟ ਆਨਸਰ ਕੀ ਹੈ ਜੀ ਇਸ ਦਾ ਕਰੈਕਟ ਆਨਸਰ ਹੈ ਆਪਸ਼ਨ ਡੀ 1917 1917 ਵਿੱਚ ਜੋ ਅਮਰੀਕਾ ਹੈ ਵਰਲਡ ਵਾਰ 1 ਦੇ ਵਿੱਚ ਸ਼ਾਮਲ ਹੋ ਚੁੱਕਿਆ ਸੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਹਾਂਜੀ 1917 ਵਿੱਚ ਕਿਸ ਦੇਸ਼ ਨੇ ਅੰਦੋਲਨ ਦਾ ਅਨੁਭਵ ਕੀਤਾ ਸੀ ਹਾਂਜੀ 1917 ਵਿੱਚ ਕਿਸ ਦੇਸ਼ ਵਿੱਚ ਅੰਦੋਲਨ ਚੱਲਿਆ ਸੀ ਤਾਂ ਇਹ ਅੰਦੋਲਨ ਚੱਲਿਆ ਸੀਗਾ ਜੀ ਰੂਸ ਵਿੱਚ ਠੀਕ ਹੈ ਜੀ ਸੋ ਇਸ ਦਾ ਕਰੈਕਟ ਆਨਸਰ ਕੀ ਆਵੇਗਾ ਜੀ ਰੂਸ ਆਪਸ਼ਨ ਬੀ ਰਸ਼ੀਆ ਠੀਕ ਹੈ ਜੀ ਅਸਲ ਚ ਹੋਇਆ ਕੀ ਸੀਗਾ ਜੀ ਲੈਨਨ ਤੇ ਉਹਦੇ ਸਾਥੀਆਂ ਨੇ ਇੱਕ ਕ੍ਰਾਂਤੀ ਪੈਦਾ ਕੀਤੀ ਤੇ ਉਹਨਾਂ ਨੂੰ ਬੋਲਸ਼ਵਿਕ ਕਿਹਾ ਜਾਂਦਾ ਸੀ ਬੋਲਸ਼ਵਿਕ ਕਿਹਾ ਜਾਂਦਾ ਉਸ ਸਮੇਂ ਜੋ ਨਿਕੁਲਸ ਦੂਜਾ ਸੀ ਜਾਰ ਨਿਕੁਲਸ ਦੂਜੇ ਨੂੰ ਉਹਨਾਂ ਨੇ ਹਰਾ ਦਿੱਤਾ ਸੀ ਅਤੇ ਕਾਮਰੇਡਾਂ ਦੀ ਸਰਕਾਰ ਉੱਥੇ ਬਣ ਚੁੱਕੀ ਸੀ ਜਾਨੀ ਕਿ ਸਾਮ ਜੋ ਸਾਮਵਾਦੀ ਨੇ ਉਹਨਾਂ ਦੀ ਸਰਕਾਰ ਬਣ ਚੁੱਕੀ ਸੀ ਸੋ ਅਗਲਾ ਕੁਐਸਚਨ ਹੈ ਜੀ ਸਾਡਾ ਪਹਿਲੇ ਵਿਸ਼ਵ ਯੁੱਧ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ਦੇਖੋ ਪਹਿਲੇ ਵਿਸ਼ਵ ਯੁੱਧ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ਪਹਿਲੇ ਵਿਸ਼ਵ ਸਮੇਂ ਅਮਰੀਕਾ ਰਾਸ਼ਟਰਪਤੀ ਸੀਗਾ ਜੀ ਵੁਡਰੋ ਵਿਲਸਨ ਆਪਸ਼ਨ ਸੀ ਵੁਡਰੋ ਵਿਲਸਨ 29ਵਾਂ ਕੁਐਸਚਨ ਹੈ ਜੀ ਮੈਨ ਕਾਫ ਦਾ ਲੇਖਕ ਕੌਣ ਹੈ ਠੀਕ ਹੈ ਜੀ ਹੂ ਇਜ਼ ਦਾ ਆਥਰ ਆਫ ਮੈਨ ਕਾਫ ਸੋ ਇਸ ਦਾ ਆਥਰ ਹੈ ਜੀ ਸਵੈ ਜੀਵਨੀ ਹੈ ਜੀ ਇਹ 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 ਜੀਵਨੀ ਹੈ ਅਡੋਲਫ ਹਿਟਲਰ ਦੀ ਅਡੋਲਫ ਹਿਟਲਰ ਦੀ ਇਹ ਸਵੈ ਜੀਵਨੀ ਹੈ ਜੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਦਾ ਵਰਲਡ ਵਾਰ 스타ਟਡ ਇਨ ਹਾਂਜੀ ਜੋ ਦਾ ਵਰਲਡ ਵਾਰ ਸੈਕੰਡ 스타ਟਡ ਇਨ ਜੋ ਵਰਲਡ ਦੂਸਰਾ ਵਿਸ਼ਵ ਯੁੱਧ ਹੈ ਕਦੋਂ ਸ਼ੁਰੂ ਹੋਇਆ ਇਹ ਹੋਇਆ ਸੀ ਜੀ 1 ਸਤੰਬਰ 1939 ਸੋ ਇੱਥੇ கரੈਕਟ ਆਨਸਰ ਆਵੇਗਾ ਜੀ ਆਪਸ਼ਨ ਬੀ 1939 1 ਸਤੰਬਰ 1939 ਨੂੰ ਸ਼ੁਰੂ ਹੋਇਆ ਤੇ 2 ਸਤੰਬਰ 1945 ਤੱਕ ਇਹ ਚੱਲਿਆ ਸੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ਹਾਂਜੀ ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ਇਹ ਸੀਗਾ ਜੀ ਸਾਡੇ ਕੋਲ ਆਪਸ਼ਨ ਸੀ கரੈਕਟ ਆਨਸਰ ਹੈ ਜੀ ਐਫ ਡੀ ਰੂਜ਼ਵੈਲਟ ਐਫ ਡੀ ਰੂਜ਼ਵੈਲਟ ਵਰਲਡ ਵਾਰ ਸੈਕੰਡ ਦੇ ਵਿੱਚ ਅਮਰੀਕਾ ਦਾ ਪ੍ਰੈਜ਼ੀਡੈਂਟ ਸੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਦੂਜੇ ਵਿਸ਼ਵ ਯੁੱਧ ਦੌਰਾਨ ਕਿਸ ਦੇਸ਼ ਨੇ ਪਰਲ ਹਾਰਬਰ ਤੇ ਹਮਲਾ ਕੀਤਾ ਠੀਕ ਹੈ ਜੀ ਇਸ ਵਿੱਚ ਆਪਸ਼ਨ ਏ ਹੈ ਜੀ ਜਾਪਾਨ ਆਪਸ਼ਨ ਬੀ ਹੈ ਜੀ ਜਰਮਨੀ ਆਪਸ਼ਨ ਸੀ ਹੈ ਜੀ ਇਟਲੀ ਆਪਸ਼ਨ ਡੀ ਹੈ ਜੀ ਰੂਸ ਤਾਂ ਇੱਥੇ கரੈਕਟ ਆਨਸਰ ਕੀ ਹੈ ਜੀ ਇੱਥੇ கரੈਕਟ ਆਨਸਰ ਹੈ ਆਪਸ਼ਨ ਏ ਜਾਪਾਨ ਨੇ ਜਾਪਾਨ ਨੇ ਅਮਰੀਕਾ ਦਾ ਹਵਾਈ ਅ ਇਹ ਸਮੁੰਦਰੀ ਅਡਾ ਸੀ ਪਰਲ ਹਾਰਬਰ ਉਸ ਉੱਤੇ ਹਮਲਾ ਕਰ ਦਿੱਤਾ ਸੀ ਜਾਪਾਨ ਨੇ ਠੀਕ ਹੈ ਜੀ ਅਗਲਾ ਕੁਐਸਚਨ ਕਰਦੇ ਆਪਾਂ 33ਵਾਂ ਹਾਂਜੀ ਪੰਜਾਬੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਹਾਂਜੀ ਪੰਜਾਬੀ ਸ਼ਬਦ ਕਿਸ ਭਾਸ਼ਾ ਦਾ ਸ਼ਬਦ ਹੈ ਜੀ ਤਾਂ ਇਹ ਹੈ ਜੀ ਆਪਸ਼ਨ ਇੱਥੇ ਏ ਹੈ ਸੰਸਕ੍ਰਿਤ ਆਪਸ਼ਨ ਬੀ ਹੈ ਪਰਸ਼ੀਅਨ ਆਪਸ਼ਨ ਸੀ ਹੈ ਹਿੰਦੀ ਆਪਸ਼ਨ ਡੀ ਹੈ ਇੰਗਲਿਸ਼ ਸੋ ਇਸ ਅ ਕਰੈਕਟ ਅਨਸਰ ਕੀ ਹੈ ਜੀ ਆਪਸ਼ਨ ਦੇ ਅਨਸਾਰ ਆਪਸ਼ਨ ਬੀ ਪਰਸ਼ੀਅਨ ਠੀਕ ਹੈ ਜੀ ਪਰਸ਼ੀਅਨ ਯਾਨੀ ਕਿ ਫਾਰਸੀ ਭਾਸ਼ਾ ਦਾ ਇਹ ਸ਼ਬਦ ਹੈ ਅਗਲਾ 34ਵਾਂ ਕੁਐਸਚਨ ਕਰਦੇ ਹਾਂ ਜੀ ਪੈਂਟਾਪੋਟਾਮੀਆ ਦੂਸਰਾ ਨਾਮ ਸੀ ਹਾਂਜੀ ਪੈਂਟਾਪੋਟਾਮੀਆ ਨਾਮ ਨਾਲ ਕਿਸ ਨੂੰ ਜਾਣਿਆ ਦੱਸਿਓ ਆਪਸ਼ਨ ਏ ਹੈ ਸਿੰਧ ਦਾ অপশন বি ਹੈ ਮਾਲਵੇ ਦਾ অপশন ਸੀ ਹੈ ਪੰਜਾਬ ਦਾ অপশন ਡੀ ਹੈ ਹਰਿਆਣਾ ਦਾ ਤਾਂ ਇਹ ਜੋ ਨਾਮ ਸੀਗਾ ਜੀ ਇਹ ਨਾਮ ਸੀ ਸਾਡੇ ਪੰਜਾਬ ਦਾ অপশন ਸੀ ਇਜ਼ ਅ ਕਰੈਕਟ ਆਨਸਰ ਹੈ ਪੈਂਟਾਪੋਟਾਮੀਅਲ ਦੂਸਰਾ ਨਾਮ ਪੰਜਾਬ ਪੰਜਾਬ ਦਾ ਨਾਮ ਸੀ ਤੇ ਨਾਮ ਦਿੱਤਾ ਕਿਸ ਨੇ ਸੀ ਇਹ 14ਵੀਂ ਸਦੀ ਦੇ ਵਿੱਚ ਇਵਨ ਬਤੂਤਾ ਨਾਮ ਦੇ ਯਾਤਰੀ ਨੇ ਇਸ ਨੂੰ ਪੈਂਟਾਪੋਟਾਮੀਆ ਦਾ ਨਾਮ ਦਿੱਤਾ ਸੀ ਅਗਲਾ ਕੁਐਸਚਨ ਕਰਦੇ ਹਾਂ ਜੀ ਸ਼੍ਰੀ ਆਦ ਗ੍ਰੰਥ ਸਾਹਿਬ ਦਾ ਸੰਕਲਨ ਕਿਸ ਨੇ ਕੀਤਾ ਸੀ ਹਾਂਜੀ ਆਦ ਗ੍ਰੰਥ ਸਾਹਿਬ ਦਾ ਜੋ ਸੰਕਲਨ ਹੈ ਕਿਸ ਨੇ ਕੀਤਾ ਤਾਂ ਇਹ ਕੀਤਾ ਸੀ ਸਾਡੇ ਆਪਸ਼ਨ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਸੀ ਅਗਲਾ ਕੁਐਸਚਨ ਹੈ ਜੀ ਸਾਡੇ ਕੋਲ ਆਦ ਗ੍ਰੰਥ ਵਿੱਚ ਸਭ ਤੋਂ ਜ਼ਿਆਦਾ ਸ਼ਲੋਕ ਕਿਸ ਦੇ ਹਨ ਤਾਂ ਆਦ ਗ੍ਰੰਥ ਸਾਹਿਬ ਸਭ ਤੋਂ ਦਾ ਸ਼ਲੋਕ ਨੇ ਤਾਂ ਇੱਥੇ ਆਪਸ਼ਨ ਸਾਡੇ ਕੋਲ ਹੈ ਜੀ ਏ ਹੈ ਗੁਰੂ ਨਾਨਕ ਦੇਵ ਜੀ ਆਪਸ਼ਨ ਬੀ ਹੈ ਬਾਬਾ ਫਰੀਦ ਜੀ ਆਪਸ਼ਨ ਡੀ ਹੈ ਗੁਰੂ ਤੇਗ ਬਹਾਦਰ ਜੀ ਆਪਸ਼ਨ ਸੀ ਹੈ ਗੁਰੂ ਅਰਜਨ ਦੇਵ ਜੀ ਤਾਂ ਕਰੈਕਟ ਆਨਸਰ ਇੱਥੇ ਕੀ ਹੈ ਜੀ ਆਪਸ਼ਨ ਮੁਤਾਬਕ ਆਪਸ਼ਨ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਵੱਧ ਸ਼ਲੋਕ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਠੀਕ ਹੈ ਜੀ ਅਗਲਾ ਹੈ ਜੀ ਬਾਬਾ ਫਰੀਦ ਕਿਸ ਸ਼ਹਿਰ ਨਾਲ ਸਬੰਧ ਰੱਖਦੇ ਸਨ ਸੋ ਬਾਬਾ ਬਾਬਾ ਫਰੀਦ ਦਾ ਜੋ ਜਨਮ ਹੋਇਆ ਸੀ ਇਹ ਹੋਇਆ ਸੀ ਪਾਕਪਤਨ ਦੇ ਵਿੱਚ ਪਹਿਲਾਂ ਇਸ ਨੂੰ ਪਾਕਪਟਨ ਵੀ ਕਿਹਾ ਜਾਂਦਾ ਸੀ ਤੇ ਪਾਕਪਤਨ ਵੀ ਕਿਹਾ ਜਾਂਦਾ ਸੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਭਗਤ ਜੈਦੇਵ ਸੰਬੰਧਿਤ ਸੀ ਠੀਕ ਹੈ ਜੀ 38ਵਾਂ ਕੁਐਸਚਨ ਹੈ ਭਗਤ ਜੈਦੇਵ ਸੰਬੰਧਿਤ ਸੀ ਹਾਂਜੀ ਭਗਤ ਜੈਦੇਵ ਕਿਸ ਨਾਲ ਸੰਬੰਧਿਤ ਸੀਗਾ ਬਨਾਰਸ ਨਾਲ অপশন বি बंगाल ਨਾਲ অপশন সি মহারাষ্ট্র ਨਾਲ অপশন ডি Rajasthan ਨਾਲ সো ਜੋ ਭਗਤ ਜੈਦੇਵ ਸੀ ਉਹ ਬਿਲੋਂਗ ਕਰਦੇ ਸੀਗੇ অপশন বি बंगाल ਨਾਲ ਠੀਕ ਹੈ ਜੀ ਭਗਤ ਜੈਦੇਵ ਕਿੱਥੋਂ ਦੇ ਵਸਨੀਕ ਸਨ बंगाल ਦੇ ਤੋਂ ਉਹ ਸੰਸਕ੍ਰਿਤ ਦੇ ਮਹਾਨ ਵਿਦਵਾਨ ਸਨ ਸੰਸਕ੍ਰਿਤ ਭਾਸ਼ਾ ਦੇ ਉਹ ਮਹਾਨ ਵਿਦਵਾਨ ਸਨ ਤੇ ਜੈਦੇਵ ਦੀ ਪਤਨੀ ਦਾ ਨਾਮ ਪੁੱਛ ਲੈ ਸਕਦੇ ਪੇਪਰ ਦੇ ਵਿੱਚ ਉਸ ਦਾ ਨਾਮ ਸੀ ਪਦਮਾਬਤੀ ਠੀਕ ਹੈ ਜੀ ਪਦਮਾਵਤੀ ਉਹਨਾਂ ਦੀ ਪਤਨੀ ਦਾ ਨਾਮ ਸੀਗਾ ਅਗਲਾ ਕੁਐਸਚਨ ਹੈ ਜੀ ਪੋਠੋ ਹਾਰ ਦਾ ਖੇਤਰ ਡੈਸ਼ ਦੇ ਦਵਾਰੇ ਦਾ ਇਲਾਕਾ ਹੈ ਹਾਂਜੀ ਪੋਠੋ ਹਾਰ ਦਾ ਖੇਤਰ ਜੋ ਹੈ ਉਹ ਜੋ ਉਸ ਖੇਤਰ ਦੇ ਇਲਾਕੇ ਨੂੰ ਕੀ ਕਹਿੰਦਾ ਉਹ ਹੈ ਜੀ 라ਵਲਪਿੰਡੀ ਤੇ ਜੈਲਮ ਦਾ ਇਲਾਕਾ ਜੋ 라ਵਲਪਿੰਡੀ ਦੇ ਜੈਲਮ ਦਾ ਖੇਤਰ ਹੈ ਉਸ ਨੂੰ ਪੋਠੋ ਹਾਰ ਦਾ ਖੇਤਰ ਕਿਹਾ ਜਾਂਦਾ ਹੈ ਠੀਕ ਹੈ ਜੀ ਆਪਸ਼ਨ ਸੀ ਇਸ ਦਾ ਕਰੈਕਟ ਆਨਸਰ ਹੈ ਅਗਲਾ ਕੁਐਸਚਨ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਬਟਾਲੇ ਨਾਲ ਕਿਸ ਮੌਕੇ ਕਰਕੇ ਜੁੜੇ ਸਨ ਹਾਂਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਟਾਲੇ ਨਾਲ ਕਿਸ ਮੌਕੇ ਕਰਕੇ ਜੁੜੇ ਸਨ ਠੀਕ ਹੈ ਜੀ ਯਾਤਰਾ ਕਰਕੇ ਘਰ ਘਰ ਕੇ ਨੌਕਰੀ ਕਰਕੇ ਤੇ ਆਪਸ਼ਨ ਡੀ ਹੈ ਮੈਰਿਜ ਕਰਕੇ ਯਾਨੀ ਕਿ ਵਿਆਹ ਕਰਕੇ ਤਾਂ கரੈਕਟ ਆਨਸਰ ਕੀ ਹੈ ਜੀ ਆਪਸ਼ਨ ਡੀ ਆਪਸ਼ਨ ਡੀ ਵਿਆਹ ਕਰਕੇ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨੌਕਰੀ ਕੀਤੀ ਸੀ ਹਾਂਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੱਥੇ ਨੌਕਰੀ ਕੀਤੀ ਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਦਾ ਕਰੈਕਟ ਆਨਸਰ ਹੈ ਜੀ ਸੁਲਤਾਨਪੁਰ ਲੋਧੀ ਵਿਖੇ ਆਪਸ਼ਨ B ਇਸ ਦਾ ਕਰੈਕਟ ਆਨਸਰ ਹੈ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੌਲਤਖਾਨ ਲੋਧੀ ਦੌਲਤਖਾਨ ਲੋਧੀ ਦੇ ਨੌਕਰੀ ਕੀਤੀ ਠੀਕ ਹੈ ਜੀ ਉੱਥੇ ਉਹਨਾਂ ਦੀ ਭੈਣ ਨਾਨਕੀ ਸੀ ਤੇ ਉਹਨਾਂ ਦਾ ਜੋ ਘਰ ਵਾਲਾ ਸੀ ਜੈਰਾਮ ਸੀਗਾ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਗੁਰਗੱਦੀ ਦੇ ਬੈਠਣ ਤੋਂ ਪਹਿਲਾਂ ਠੀਕ ਹੈ ਗੁਰਗੱਦੀ ਦੇ ਬੈਠਣ ਤੋਂ ਪਹਿਲਾਂ ਲੈਣਾ ਕਿਸ ਗੁਰੂ ਦਾ ਨਾਮ ਸੀ ਹਾਂਜੀ ਗੁਰਗੱਦੀ ਦੇ ਬੈਠਣ ਤੋਂ ਪਹਿਲਾਂ ਲੈਣਾ ਨਾਮ ਸੀ ਸਾਡੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇੱਥੇ ਕਰੈਕਟ ਆਨਸਰ ਹੈ ਆਪਸ਼ਨ ਏ ਸ੍ਰੀ ਗੁਰੂ ਅੰਗਦ ਦੇਵ ਜੀ ਠੀਕ ਹੈ ਜੀ ਭਾਈ ਲੈਣਾ ਵੀ ਉਹਨਾਂ ਦਾ ਪਹਿਲਾ ਨਾਮ ਸੀਗਾ ਜੀ ਅਗਲਾ ਕੁਐਸਚਨ ਹੈ 43ਵਾਂ ਸ੍ਰੀ ਚੰਦ ਦੇ ਉਹਨਿਆਈ ਜ਼ਿਆਦਾਤਰ ਜਾਣੇ ਜਾਂਦੇ ਹਨ ਹਾਂਜੀ ਜੋ ਸ੍ਰੀ ਚੰਦ ਨੇ ਉਹ ਕੌਣ ਸੀ ਉਹ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਤੇ ਉਹਨਾਂ ਦੇ ਮੱਤ ਵਾਲੇ ਨੂੰ ਕੀ ਕਹਿੰਦੇ ਹੈ ਉਦਾਸੀ ਆਪਸ਼ਨ ਬੀ ਇਸ ਦਾ ਕਰੈਕਟ ਆਨਸਰ ਹੈ ਉਦਾਸੀ ਠੀਕ ਹੈ ਜੀ ਸ੍ਰੀ ਚੰਦ ਦੇ ਉਨਾਈਆਂ ਨੂੰ ਉਦਾਸੀ ਕਰਕੇ ਜਾਣਿਆ ਜਾਂਦਾ ਹੈ ਅੱਗੇ ਹੈ ਜੀ 44ਵਾਂ ਕੁਐਸਚਨ ਕਿਹੜੇ ਗੁਰੂ ਗੋਵਿੰਦਵਾਲ ਵਿਖੇ ਵਸੇ ਸਨ ਹਾਂਜੀ ਕਿਹੜੇ ਗੁਰੂ ਇਹਨਾਂ ਵਿੱਚੋਂ ਗੋਵਿੰਦਵਾਲ ਵਿਖੇ ਵਸੇ ਸਨ ਆਪਸ਼ਨ ਏ ਹੈ ਜੀ ਗੁਰੂ ਅਮਰਦਾਸ ਜੀ ਆਪਸ਼ਨ ਬੀ ਹੈ ਸ੍ਰੀ ਗੁਰੂ ਰਾਮਦਾਸ ਜੀ ਆਪਸ਼ਨ ਸੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਆਪਸ਼ਨ ਡੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਇੱਥੇ ਕਰੈਕਟ ਆਨਸਰ ਹੈ ਆਪਸ਼ਨ ਬੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਸਭ ਤੋਂ ਵੱਧ ਗੋਵਿੰਦਵਾਲ ਵਿਖੇ रहे ਸਨ ਸਾਰੇ ਗੁਰੂਆਂ ਨਾਲੋਂ ਜ਼ਿਆਦਾ ਉਹ ਗੋਬਿੰਦਵਾਲ ਵਿਖੇ ਰਹੇ ਸਨ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਗੁਰੂ ਕਾ ਚੱਕ ਪੁਰਾਣਾ ਨਾਮ ਹੈ ਗੁਰੂ ਕਾ ਚੱਕ ਕਿਸ ਦਾ ਪੁਰਾਣਾ ਨਾਮ ਹੈ ਇਹ ਹੈ ਜੀ ਅੰਮ੍ਰਿਤਸਰ ਦਾ অপਸ਼ਨ ਬੀ ਇਸ ਦਾ ਕਰੈਕਟ ਆਨਸਰ ਹੈ ਅੰਮ੍ਰਿਤਸਰ ਦਾ ਗੁਰੂ ਕਾ ਚੱਕ ਇਹ ਪੁਰਾਣਾ ਨਾਮ ਹੈ ਇਸ ਨੂੰ RAMDAS PURA ਵੀ ਕਿਹਾ ਜਾਂਦਾ ਸੀ ਪਹਿਲਾਂ RAMDAS PURA ਤੇ ਗੁਰੂ ਕਾ ਚੱਕ ਅੰਮ੍ਰਿਤਸਰ ਦਾ ਹੀ ਪੁਰਾਣਾ ਨਾਮ ਹੈ ਠੀਕ ਹੈ ਜੀ ਅੱਗੇ ਗੱਲ ਕਰਦੇ ਹਾਂ ਜੀ ਆਪਾਂ 46ਵਾਂ ਕੁਐਸਚਨ ਹਰਮੰਦਰ ਸਾਹਿਬ ਦੇ ਨਹੀਂ ਪੱਥਰ ਕਿਸ ਨੇ ਰੱਖਿਆ ਜੋ ਹਰਮੰਦਰ ਸਾਹਿਬ ਹੈ ਜੀ ਉਸ ਦਾ ਨਹੀਂ ਪੱਥਰ ਕਿਸ ਨੇ ਰੱਖਿਆ ਸੀ ਠੀਕ ਹੈ ਜੀ ਤਾਂ ਇਹ ਰੱਖਿਆ ਸੀ ਸਾਡੇ ਆਪਸ਼ਨ ਡੀ ਸਾਈ ਮੀਆਂ ਮੀਰ ਨੇ ਠੀਕ ਹੈ ਜੀ ਆਪਸ਼ਨ ਡੀ ਸਾਈ ਮੀਆਂ ਮੀਰ ਨੇ ਸ੍ਰੀ ਹਰਮੰਦਰ ਸਾਹਿਬ ਦਾ ਨਵਾਂ ਪੱਥਰ ਰੱਖਿਆ ਸੀਗਾ ਠੀਕ ਹੈ ਜੀ ਇਹ ਕਾਦਰੀ سلسلے ਨਾਲ ਸੰਬੰਧ ਰੱਖਦੇ ਸਨ ਇਹ ਵੀ ਪੁੱਛ ਸਕਦੇ ਆ ਵੀ ਮੀਆਂ ਮੀਰ ਜੀ ਕਿਸ ਅ ਸਿਲਸਿਲੇ ਨਾਲ ਸੰਬੰਧ ਰੱਖਦੇ ਸਨ ਤਾਂ ਇਹ ਕਾਦਰੀ ਸਿਲਸਿਲੇ ਨਾਲ ਸੰਬੰਧ ਰੱਖਦੇ ਸਨ ਅਗਲਾ ਕੁਐਸਚਨ ਕਰਦੇ ਆ ਜੀ 47ਵਾਂ ਹਾਂਜੀ ਆਦਿ ਗ੍ਰੰਥ ਦਾ ਪਹਿਲਾ ਗ੍ਰੰਥੀ ਕੌਣ ਸੀ ਜੋ ਆਦਿ ਗ੍ਰੰਥ ਹੈ ਉਹਦਾ ਪਹਿਲਾ ਗ੍ਰੰਥੀ ਕੌਣ ਸੀ ਤਾਂ ਇੱਥੇ ਸਾਡੇ ਕੋਲ ਆਪਸ਼ਨ ਹੈ ਜੀ ਬਾਬਾ ਬੁੱਢਾ ਜੀ ਆਪਸ਼ਨ ਬੀ ਪ੍ਰਿਥੀ ਚੰਦ ਆਪਸ਼ਨ ਸੀ ਭਾਈ ਗੁਰਦਾਸ ਆਪਸ਼ਨ ਡੀ ਉਪਰੋਕਤ ਕੋਈ ਨਹੀਂ ਤਾਂ ਇੱਥੇ ਆਪਸ਼ਨ ਏ கரੈਕਟ ਆਨਸਰ ਹੈ ਜੀ ਬਾਬਾ ਬੁੱਢਾ ਜੀ ਫਰਸਟ ਗ੍ਰੰਥੀ ਸਨ ਠੀਕ ਹੈ ਜੀ ਪਹਿਲੇ ਗ੍ਰੰਥੀ ਸਨ ਆਦਿ ਗ੍ਰੰਥ ਸਾਹਿਬ ਦੇ ਅੱਗੇ ਹੈ ਜੀ ਸੁਖਮਨੀ ਸਾਹਿਬ ਦਾ ਰਚਨਾਕਾਰ ਕੌਣ ਹੈ ਹਾਂਜੀ ਸੁਖਮਨੀ ਸਾਹਿਬ ਦੀ ਰਚਨਾ ਹੈ ਉਹ ਕਿਸ ਨੇ ਕੀਤੀ ਹੈ ਤਾਂ ਇੱਥੇ கரੈਕਟ ਆਨਸਰ ਸਾਡੇ ਕੋਲ ਕੀ ਹੈ ਜੀ অপਸ਼ਨ ਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ ਸੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ੀਧੀ ਕਦੋਂ ਪ੍ਰਾਪਤ ਹੋਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ੀਧੀ ਕਦੋਂ ਪ੍ਰਾਪਤ ਹੋਈ ਸੀ ਦੇਖੋ ਬਿਲਕੁਲ ਨਾਲ-ਨਾਲ ਦੇ ਸਨ ਆਏ ਨੇ ਜਿਵੇਂ 1604 ਹੈ 1605 ਹੈ 1606 ਹੈ 1607 ਹੈ ਸੋ ਇੱਥੇ கரੈਕਟ ਆਨਸਰ ਕੀ ਹੋਵੇਗਾ ਜੀ ਇੱਥੇ கரੈਕਟ ਆਨਸਰ ਹੋਵੇਗਾ ਜੀ অপਸ਼ਨ ਸੀ 1606 16 ਜੂਨ 1606 ਵਿੱਚ 16 ਜੂਨ 1606 ਵਿੱਚ ਠੀਕ ਹੈ ਜੀ ਅਗਲਾ ਕੁਐਸਚਨ ਹੈ ਅਕਾਲ ਤਖਤ ਦਾ ਨਿਰਮਾਨ ਕਿਸ ਨੇ ਕੀਤਾ ਅਕਾਲ ਤਖਤ ਦਾ ਨਿਰਮਾਨ ਸੀ ਉਹ ਕਿਸ ਨੇ ਕੀਤਾ ਸੀ ਤਾਂ ਉਹ ਕੀਤਾ ਸੀ ਸਾਡੇ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਦਾ ਨਿਰਮਾਨ ਸਾਡੇ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਸੀ ਅਗਲਾ ਕੁਐਸਚਨ ਹੈ ਜੀ ਗੁਰੂ ਤੇਗ ਬਹਾਦਰ ਨੂੰ ਫਾਂਸੀ ਕਿੱਥੇ ਦਿੱਤੀ ਗਈ ਹਾਂਜੀ ਗੁਰੂ ਤੇਗ ਬਹਾਦਰ ਨੂੰ ਜੋ ਸ਼ਹੀਦੀ ਹੈ ਉਹ ਕਿਹੜੀ ਜਗ੍ਹਾ ਦਿੱਤੀ ਗਈ ਸੀ ਠੀਕ ਹੈ ਜੀ ਤਾਂ ਇਹ ਦਿੱਤੀ ਗਈ ਸੀ ਦਿੱਲੀ ਦੇ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਠੀਕ ਹੈ ਜੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਸ਼ਨ ਸੀ ਇਸ ਦਾ ਕਰੈਕਟ ਆਨਸਰ ਹੈ ਜੀ ਸ੍ਰੀ ਗੁਰੂ ਤੇਗ ਬਹਾਦਰ ਨੂੰ ਸ਼ਹੀਦੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਦਿੱਤੀ ਗਈ ਸੀ ਠੀਕ ਹੈ ਜੀ 11 ਨਵੰਬਰ 1675 11 ਨਵੰਬਰ 1675 ਨੂੰ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ 55ਵਾਂ ਸਿੱਖ ਜਿਨ੍ਹਾਂ ਨੇ ਬਨਾਰਸ ਤੋਂ ਸੰਸਕ੍ਰਿਤ ਸਿੱਖੀ ਘਾਉਂਦੇ ਸਨ ਹਾਂਜੀ ਉਹ ਸਿੱਖ ਜਿਨ੍ਹਾਂ ਨੇ ਬਨਾਰਸ ਜਾ ਕੇ ਸੰਸਕ੍ਰਿਤ ਸਿੱਖੀ ਸੀ ਕੀ ਕਹਾਉਂਦੇ ਸਨ ਤਾਂ ਉਹ ਕੀ ਕਹਾਉਂਦੇ ਸਨ ਬਨਾਰਸੀ ਧਰਮੱਲੀਏ ਨਿਰਮਲ ਨਿਰਮਲੇ ਜਾਂ ਉਦਾਸੀ ਤਾਂ ਉਹ ਕਹਾਉਂਦੇ ਸਨ ਨਿਰਮਲੇ অপਸ਼ਨ B ਇਸ ਦਾ ਕਰੈਕਟ ਆਨਸਰ ਹੈ ਨਿਰਮਲੇ ਠੀਕ ਹੈ ਜੀ ਅਗਲਾ ਕੁਐਸਚਨ ਹੈ ਮੁਕਸਰ ਸ਼ਹਿਰ ਦਾ ਪੁਰਾਣਾ ਨਾਮ ਕੀ ਸੀ ਮੁਕਸਰ ਸ਼ਹਿਰ ਦਾ ਪੁਰਾਣਾ ਨਾਮ ਸੀ ਜੀ ਖਿਦਰਾਉਣਾ অপਸ਼ਨ C ਇਸ ਦਾ ਕਰੈਕਟ ਆਨਸਰ ਹੈ ਮੁਕਸਰ ਸ਼ਹਿਰ ਦਾ ਪੁਰਾਣਾ ਨਾਮ ਸੀ ਖਿਦਰਾਉਣਾ ਠੀਕ ਹੈ ਜੀ ਅਗਲਾ ਕੁਐਸਚਨ ਕਰਦੇ ਆ ਜੀ ਆਪਾਂ 54ਵਾਂ ਧਿਆਨ ਸਮੇਂ ਸ੍ਰੀ ਗੁਰੂ ਗੋਬਿੰਦ ਜੀ ਗੋਬਿੰਦ ਸਿੰਘ ਜੀ ਕਿੱਥੇ ਸਨ ਤਾਂ ਇਹ ਸਨ ਜੀ ਨਦੇੜ ਵਿਖੇ ਕਿੱਥੇ ਸਨ ਜੀ ਆਪਸ਼ਨ ਡੀ ਨਦੇੜ ਵਿਖੇ ਠੀਕ ਹੈ ਜੀ ਅਗਲਾ ਹੈ ਜੀ ਬੰਦਾ ਬਹਾਦਰ ਦਾ ਉਹਨਾਂ ਦੇ ਮਾਤਾ ਪਿਤਾ ਦੁਆਰਾ ਦਿੱਤਾ ਗਿਆ ਨਾਮ ਦੱਸੋ ਹਾਂਜੀ ਬੰਦਾ ਬਹਾਦਰ ਦੇ ਬਚਪਨ ਦਾ ਨਾਮ ਕੀ ਸੀਗਾ ਬੰਦਾ ਬਹਾਦਰ ਦੇ ਬਚਪਨ ਦਾ ਨਾਮ ਸੀਗਾ ਲਕਸ਼ਮਣ ਦਾਸ ਆਪਸ਼ਨ ਏ ਇਸ ਦਾ ਕਰੈਕਟ ਆਨਸਰ ਹੈ ਲਕਸ਼ਮਣ ਦਾਸ ਠੀਕ ਹੈ ਜੀ ਬੰਦਾ ਭਾਦਰ ਦਾ ਜਨਮ ਰਜੋਰੀ ਵਿਖੇ ਹੋਇਆ ਸੀਗਾ ਠੀਕ ਹੈ ਤੇ ਜੋ ਕਿ ਪੁੰਛ ਜ਼ਿਲ੍ਹੇ ਵਿੱਚ ਸੀਗਾ ਲక్ష్మణਦਾਸ ਤੋਂ ਬਾਅਦ ਇਹਨਾਂ ਦਾ ਨਾਮ ਰੱਖਿਆ ਗਿਆ ਮਾਧੋਦਾਸ ਠੀਕ ਹੈ ਜੀ ਉਸ ਤੋਂ ਬਾਅਦ ਬੰਦਾ ਬੇਰਾਗੀ ਅਗਲਾ ਕੁਐਸਚਨ ਹੈ ਜੀ ਬੰਦਾ ਬਹਾਦਰ ਸਰਹੰਦ ਸ਼ਹਿਰ ਵਿੱਚ ਕਦੋਂ ਦਾਖਲ ਹੋਇਆ ਸੀ ਹਾਂਜੀ ਜੋ ਬੰਦਾ ਭਾਦਰ ਹੈ ਸਰਹੰਦ ਵਿੱਚ ਕਦੋਂ ਦਾਖਲ ਹੋਇਆ ਸੀ ਤਾਂ ਇਹ ਦਾਖਲ ਹੋਇਆ ਸੀ ਜੀ 1710 ਵਿੱਚ ਯਾਨੀ ਕਿ ਆਪਸ਼ਨ ਸੀ ਇਸ ਦਾ ਕਰੈਕਟ ਆਨਸਰ ਹੈ 1710 ਦੇ ਵਿੱਚ ਠੀਕ ਹੈ ਜੀ ਇਸ ਨੇ ਵजीर खान ਨੂੰ ਮਾਰਿਆ ਠੀਕ ਹੈ ਜੀ ਤੇ ਚੱਪਰ ਚਿੜੀ ਵਿਖੇ ਇਸ ਦੀ ਲੜਾਈ ਹੋਈ ਸੀ 1710 ਦੇ ਵਿੱਚ ਅਗਲਾ ਕੁਐਸਚਨ ਹੈ ਜੀ ਬੰਦਾ ਬਹਾਦਰ ਦਾ ਸਰਕਟ ਸਾਥੀ ਕੌਣ ਸੀ ਹਾਂ ਜੀ ਬੰਦਾ ਬਹਾਦਰ ਨਾਲ ਹਰ ਇੱਕ ਲੜਾਈ ਵਿੱਚ ਸ਼ਾਮਲ ਹੋਇਆ ਉਹ ਸਾਥੀ ਦਾ ਕੀ ਨਾਮ ਸੀ ਠੀਕ ਹੈ ਤਾਂ ਉਹਦਾ ਨਾਮ ਸੀਗਾ ਜੀ ਆਪਸ਼ਨ ਬੀ ਭਾਈ ਵਿਨੋਦ ਸਿੰਘ ਜੀ ਭਾਈ ਵਿਨੋਦ ਸਿੰਘ ਜੀ ਬੰਦਾ ਬਹਾਦਰ ਦਾ ਇੱਕ ਸਾਥੀ ਸੀ ਸਰਕਟ ਉਹ ਵੀ ਠੀਕ ਹੈ ਜੀ 58ਵਾਂ ਬੰਦਾਬਾਧਰ ਨੂੰ ਕਿੱਥੇ ਫਾਂਸੀ ਦਿੱਤੀ ਗਈ ਹਾਂਜੀ ਬੰਦਾਬਾਧਰ ਨੂੰ ਫਾਂਸੀ ਕਿੱਥੇ ਦਿੱਤੀ ਗਈ ਸੀ ਠੀਕ ਹੈ ਜੀ ਤਾਂ ਇੱਥੇ ਕਰੈਕਟ ਆਨਸਰ ਕੀ ਆਵੇਗਾ ਜੀ ਦਿੱਲੀ ਦੇ ਵਿੱਚ ਆਪਸ਼ਨ ਡੀ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ 9 ਜੂਨ 1716 ਵਿੱਚ ਦਿੱਲੀ ਦੇ ਵਿੱਚ 9 ਜੂਨ 1716 ਦੇ ਵਿੱਚ ਬੰਦਾਬਾਧਰ ਨੂੰ ਫਾਂਸੀ ਦਿੱਤੀ ਗਈ ਸੀ ਅਗਲਾ ਕੁਐਸਚਨ ਕਰਦੇ ਹਾਂ ਜੀ ਆਪਾਂ ਮੋਸਟ ਇੰਪੋਰਟੈਂਟ ਹੈ 1721 ਵਿੱਚ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਦੀ ਜ਼ਿੰਮੇਵਾਰੀ ਕਿਸ ਨੇ ਲਈ ਸੀ 1721 ਵਿੱਚ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਦੀ ਜ਼ਿੰਮੇਵਾਰੀ ਕਿਸ ਨੇ ਲਈ ਸੀ ਤਾਂ ਇਸ ਦਾ ਕਰੈਕਟ ਅਨਸਰ ਕੀ ਆਵੇਗਾ ਜੀ ਇਸ ਦਾ ਕਰੈਕਟ ਅਨਸਰ ਆਵੇਗਾ ਜੀ অপਸ਼ਨ ਬੀ ਭਾਈ ਮਨੀ ਸਿੰਘ ਜੀ ਭਾਈ ਮਨੀ ਸਿੰਘ ਨੇ ਹਰਮੰਦਰ ਸਾਹਿਬ ਦੀ ਜ਼ਿੰਮੇਵਾਰੀ ਲਈ ਸੀ 1721 ਵਿੱਚ ਤੇ 1724 ਵਿੱਚ ਇਹਨਾਂ ਨੂੰ ਸ਼ਹੀਦੀ ਪ੍ਰਾਪਤ ਹੋ ਗਈ ਸੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਤਰਨਾ ਦਲ ਪ੍ਰਦਰਸ਼ਿਤ ਕਰਦਾ ਹੈ ਹਾਂਜੀ ਤਰਨਾ ਦਲ ਰਿਪਰੈਜ਼ੈਂਟਡ ਕਿਸ ਨੂੰ ਰਿਪਰੈਜ਼ੈਂਟ ਕਰਦਾ ਹੈ ਪ ਤਾਂ ਇੱਥੇ கரੈਕਟ ਆਨਸਰ ਕੀ ਹੋਵੇਗਾ ਜੀ ਨੌਜਵਾਨ ਸੈਨਿਕਾਂ ਨੂੰ ਆਪਸ਼ਨ ਏ ਇਸ ਦਾ கரੈਕਟ ਆਨਸਰ ਹੈ ਯੂਥਫੁਲ ਸ਼ੋਲਡਰ ਠੀਕ ਹੈ ਜੀ ਨੈਕਸਟ ਕਰਦੇ ਹਾਂ ਜੀ ਜ਼ਕਰੀਆ ਖਾਨ ਦਾ ਨੇੜਲਾ ਸਹਿਯੋਗੀ ਕੌਣ ਸੀ ਜ਼ਕਰੀਆ ਖਾਨ ਦਾ ਨੇੜਲਾ ਸਹਿਯੋਗੀ ਕੌਣ ਸੀ ਜ਼ਕਰੀਆ ਖਾਨ ਨੇੜਲਾ ਸਹਿਯੋਗੀ ਕੌਣ ਸੀ ਜੀ ਏ ਸੀ ਸਾਡੇ ਆਪਸ਼ਨ ਬੀ ਲਖਪਤ رائے ਦੀਵਾਨ ਲਖਪਤ رائے ਇਹ ਕਿੱਥੋਂ ਦੇ ਦੀਵਾਨ ਸੀ ਲਾਹੌਰ ਦੇ ਠੀਕ ਹੈ ਜੀ ਇਹ ਸੀਗਾ ਜੀ ਲਾਹੌਰ ਦੇ ਦੀਵਾਨ ਲਖਪਤ ਰਾਏ ਜਕਰੀਆ ਖਾਂਦੇ ਸਹਿਯੋਗੀ ਰਹੇ ਨੇ ਅਗਲਾ ਕੁਐਸਚਨ ਹੈ ਜੀ ਬਹੁਤ ਇੰਪੋਰਟੈਂਟ ਕਿਹੜੀ ਮਿਸਲ ਦਲ ਖਾਲਸਾ ਦਾ ਹਿੱਸਾ ਨਹੀਂ ਸੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਕਿਹੜੀ ਮਿਸਲ ਦਲ ਖਾਲਸਾ ਦਾ ਹਿੱਸਾ ਨਹੀਂ ਸੀ ਆਪਸ਼ਨ ਏ ਹੈ ਜੀ ਨਕਈ ਆਪਸ਼ਨ ਬੀ ਹੈ ਜੀ ਢੱਲੇ ਵਾਲੀ ਆਪਸ਼ਨ ਸੀ ਹੈ ਜੀ ਕਰੋੜ ਸਿੰਘੀਆ ਆਪਸ਼ਨ ਡੀ ਹੈ ਜੀ ਫੁਲਕੀਆ ਸੋ ਇੱਥੇ ਕਰੈਕਟ ਆਨਸਰ ਕੀ ਹੈ ਜੀ ਆਪਸ਼ਨ ਡੀ ਫੁਲਕੀਆ ਮਿਸਲ ਫੁਲਕੀਆ ਮਿਸਲ ਠੀਕ ਹੈ ਜੀ ਜੋ ਕਿ ਬਾਬਾ ਆਲਾ ਸਿੰਘ ਨਾਲ ਸੰਬੰਧਿਤ ਹੈ ਇਹਨਾਂ ਦੇ ਤਿੰਨ ਰਿਆਸਤਾਂ ਸੀ ਨਾਬਾ ਪਟਿਆਲਾ ਤੇ ਜੀਨ ਠੀਕ ਹੈ ਜੀ ਇਹ ਫੁਲਕੀਆਂ ਮਿਸਲ ਦੀਆਂ ਰਿਆਸਤਾਂ ਸਨ ਅਗਲਾ ਕੁਐਸਚਨ ਹੈ ਜੀ ਮੀਰ ਮੰਨੂ ਨੇ ਮਹਾਰਾਜ ਬਹਾਦਰ ਦਾ ਖਿਤਾਬ ਕਿਸ ਨੂੰ ਦਿੱਤਾ ਹਾਂਜੀ ਮੀਰ ਮੰਨੂ ਨੇ ਮਹਾਰਾਜ ਬਹਾਦਰ ਦਾ ਖਿਤਾਬ ਕਿਸ ਨੂੰ ਦਿੱਤਾ ਸੀ ਤਾਂ ਇਹ ਦਿੱਤਾ ਸੀਗਾ ਜੀ ਸਾਡੇ ਕੋਲ ਆਪਸ਼ਨ ਏ ਸੈਕਟ ਹੈ ਜੀ ਕੋੜਾ ਮਲ ਨੂੰ ਠੀਕ ਹੈ ਜੀ ਕੋੜਾ ਮਲ ਨੂੰ ਜੋ ਕਿ ਮਲਤਾਨ ਦਾ ਗਵਰਨਰ ਸੀਗਾ ਇਹ ਵੀ ਯਾਦ ਰੱਖ ਲਿਆ ਜਾਵੇ ਜਿਹੜਾ ਕਿ ਮਲਤਾਨ ਦਾ ਗਵਰਨਰ ਸੀਗਾ ਕੋੜਾ ਮਲ ਉਸ ਨੂੰ ਮਹਾਰਾਜ ਬਹਾਦਰ ਦਾ ਖਿਤਾਬ ਦਿੱਤਾ ਮੀਰ ਮੰਨੂ ਨੇ ਅਗਲਾ ਕੁਐਸਚਨ ਹੈ ਜੀ 1761 ਵਿੱਚ ਪਾਣੀਪਤ ਦੀ ਲੜਾਈ ਕਿਸ ਅਫਗਾਨ ਸ਼ਾਸਕ ਨੇ ਲੜੀ ਸੀ ਹਾਂਜੀ 1761 ਵਿੱਚ ਜੋ ਪਾਣੀਪਤ ਦੀ ਲੜਾਈ ਹੋਈ ਹੋਈ ਉਸ ਵਿੱਚ ਅਫਗਾਨ ਸ਼ਾਸਕ ਕੌਣ ਸੀ ਤਾਂ ਅਫਗਾਨ ਸ਼ਾਸਕ ਸੀ ਆਪਸ਼ਨ ਬੀ ਅਹਿਮਦ ਸ਼ਾਹ ਅਬਦਾਲੀ ਅਹਿਮਦ ਸ਼ਾਹ ਅਬਦਾਲੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਵੱਡਾ ਕੱਲੂਕਾਰਾ ਹੋਇਆ ਸੀ ਵੱਡਾ ਕੱਲੂਕਾਰਾ ਹੋਇਆ ਸੀ ਜੀ ਆਪਸ਼ਨ ਬੀ 1762 ਵਿੱਚ ਆਪਸ਼ਨ ਬੀ ਇਸ ਦਾ ਕਰੈਕਟ ਆਨਸਰ ਹੈ 1762 ਵਿੱਚ ਵੱਡਾ ਕੱਲੂਕਾਰਾ ਹੋਇਆ ਸੀ ਠੀਕ ਹੈ ਜੀ ਅਗਲਾ ਕੁਐਸਚਨ ਹੈ 66 ਸਰਦਾਰ ਗੁੱਜਰ ਸਿੰਘ ਤੇ ਲੈਣਾ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਸਨ ਹਾਂਜੀ ਸਰਦਾਰ ਗੁੱਜਰ ਸਿੰਘ ਤੇ ਲੈਣਾ ਸਿੰਘ ਸੰਬੰਧਿਤ ਸਨ ਆਪਸ਼ਨ ਡੀ ਪੰਗੀ ਮਿਸਲ ਨਾਲ ਆਪਸ਼ਨ ਡੀ ਪੰਗੀ ਮਿਸਲ ਨਾਲ ਠੀਕ ਹੈ ਜੀ ਪੰਗੀ ਮਿਸਲ ਨਾਲ ਇਹ ਸੰਬੰਧਿਤ ਸਨ ਤੇ ਲਾਹੌਰ ਦੇ ਸੁਬੇਦਾਰ ਸਨ ਲਾਹੌਰ ਦੇ ਕੀ ਸਨ ਇਹ ਸੁਬੇਦਾਰ ਅਗਲਾ ਕੁਐਸਚਨ ਹੈ ਜੀ ਸ਼ੁਕਰਚਕੀਆ ਮਿਸਲ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਇੱਥੇ ਕਰੈਕਟ ਆਨਸਰ ਕੀ ਆਵੇਗਾ ਜੀ ਆਪਸ਼ਨ ਸੀ ਮਹਾ ਸਿੰਘ ਨੇ ਮਹਾ ਸਿੰਘ ਨੇ ਠੀਕ ਹੈ ਜੀ கரੈਕਟ ਆਨਸਰ ਇੱਥੇ ਹੈ ਜੀ ਮਹਾ ਸਿੰਘ ਨੇ ਦੇਖੋ ਪਹਿਲਾ ਇਹਨਾਂ ਦਾ ਸੰਸਥਾਪਕ ਸੀਗਾ ਜੋ ਮੂਲ ਸੰਸਥਾਪਕ ਸੀ ਚੜ੍ਹ ਸਿੰਘ ਠੀਕ ਹੈ ਚੜ੍ਹ ਸਿੰਘ ਦੇ ਪੈਦਾ ਹੋਇਆ ਮਹਾ ਸਿੰਘ ਮਹਾ ਸਿੰਘ ਦੇ ਪੈਦਾ ਹੋਇਆ ਰਣਜੀਤ ਸਿੰਘ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਦੀ ਵੰਸ਼ ਅੱਗੇ ਵਧਿਆ ਸੀ ਅਗਲਾ ਕੁਐਸਚਨ ਹੈ ਜੀ ਮਹਾਰਾਜ ਰਣਜੀਤ ਸਿੰਘ ਦੁਆਰਾ ਲਾਹੌਰ ਤੇ ਜਿੱਤ ਕਦੋਂ ਪ੍ਰਾਪਤ ਕੀਤੀ ਗਈ ਠੀਕ ਹੈ ਜੀ ਤਾਂ ਇਹਦਾ கரੈਕਟ ਆਨਸਰ ਕੀ ਆਵੇਗਾ ਜੀ ਆਪਸ਼ਨ ਸੀ 1799 ਵਿੱਚ கரੈਕਟ ਆਨਸਰ ਕੀ ਹੈ ਜੀ 1799 ਵਿੱਚ ਸੀ ਇਸ ਦਾ ਕਰੈਕਟ ਆਨਸਰ ਹੈ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਸ਼ਹਿਰ ਤੇ ਜਿੱਤ ਪ੍ਰਾਪਤ ਕੀਤੀ ਗਈ ਸੀ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਕਿਸ ਨੇ ਕੋਸ਼ਿਸ਼ ਕੀਤਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਕਿਸ ਨੇ ਘੋਸ਼ਿਤ ਕੀਤਾ ਸੀ ਤਾਂ ਇੱਥੇ ਕਰੈਕਟ ਆਨਸਰ ਹੈ ਸਾਇਬ ਸਿੰਘ ਵਿਦੀ ਆਪਸ਼ਨ ਬੀ ਵਿਕਰਮ ਸਿੰਘ ਵਿਦੀ ਆਪਸ਼ਨ ਸੀ ਭਾਈ ਮਹਾਰਾਜ ਸਿੰਘ ਆਪਸ਼ਨ ਡੀ ਵੀਰ ਸਿੰਘ ਨੁਰੰਗਾਵਾਦੀ ਤਾਂ ਇੱਥੇ ਕਰੈਕਟ ਆਨਸਰ ਕੀ ਹੈ ਜੀ ਸਾਇਬ ਸਿੰਘ ਵਿਦੀ ਆਪਸ਼ਨ A ਇਸ ਦਾ ਕਰੈਕਟ ਆਨਸਰ ਹੈ ਜੀ ਸਾਹਿਬ ਸਿੰਘ ਵੇਦੀ ਸਨ ਜਿਨ੍ਹਾਂ ਨੇ ਮਹਾਰਾਜ ਰਣਜੀਤ ਸਿੰਘ ਨੂੰ ਮਹਾਰਾਜਾ ਘੋਸ਼ਿਤ ਕੀਤਾ ਸੀ ਅਗਲਾ ਕੁਐਸਚਨ ਹੈ ਜੀ ਜਮਜਮਾ ਤੋਪਖਾਨੇ ਤੇ ਮਹਾਰਾਜ ਰਣਜੀਤ ਸਿੰਘ ਨੇ ਕਿੱਥੇ ਕਬਜ਼ਾ ਕੀਤਾ ਹਾਂਜੀ ਜੋ ਜਮਜਮਾ ਤੋਪ ਹੈ ਮਹਾਰਾਜ ਰਣਜੀਤ ਸਿੰਘ ਨੇ ਕਿੱਥੇ ਕਿੱਥੋਂ ਕਬਜ਼ਾ ਕੀਤਾ ਸੀ ਇਸ ਉੱਤੇ ਤਾਂ ਇਹ ਕੀਤਾ ਸੀ ਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਵਿੱਚੋਂ ਇਹਨਾਂ ਨੂੰ ਜਮਜਮਾ ਤੋਪਖਾਨਾ ਮਿਲਿਆ ਸੀਗਾ ਠੀਕ ਹੈ ਜੀ ਮਾਈ ਸੁੱਖਾਂ ਤੋਂ ਮਾਈ ਸੁੱਖਾਂ ਤੋਂ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਲਾਹੌਰ ਦੀ ਸੰਧੀ ਹਸਤਾਖਰ ਕੀਤੀ ਗਈ ਦੇਖੋ ਇਹ ਕੁਐਸਚਨ ਇਸ ਕੁਐਸਚਨ ਦੇ ਵੀ ਹਰ ਇੱਕ ਵਿਦਿਆਰਥੀ ਨੂੰ ਨੰਬਰ ਮਿਲੇ ਸੀ ਦੇਖੋ ਲਾਹੌਰ ਦੀ ਸੰਧੀ ਹਸਤਾਖਰ ਕੀਤੀ ਗਈ ਇਹਨਾਂ ਵਿੱਚੋਂ ਕਰੈਕਟ ਆਨਸਰ ਚਾਰਾਂ ਚ ਕੋਈ ਨਹੀਂ ਸੋ ਇਹ ਕੀਤੀ ਗਈ ਸੀ 1846 ਵਿੱਚ 1846 ਵਿੱਚ 1846 ਵਿੱਚ ਲਾਹੌਰ ਦੀ ਸੰਧੀ ਕੀਤੀ ਗਈ ਸੀ ਠੀਕ ਹੈ ਜੀ ਇਹ ਵੀ ਇਸ ਇਸ ਪ੍ਰਸ਼ਨ ਦਾ ਨੰਬਰ ਵੀ ਹਰ ਇੱਕ ਵਿਦਿਆਰਥੀ ਨੂੰ ਮਿਲਿਆ ਸੀ ਉਸ ਸਮੇਂ ਅਗਲਾ ਕੁਐਸਚਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਕਦੋਂ ਅਧਿਕਾਰ ਪ੍ਰਾਪਤ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਕਦੋਂ ਅਧਿਕਾਰ ਪ੍ਰਾਪਤ ਕੀਤਾ ਸੀ ਤਾਂ ਇੱਥੇ ਕਰੈਕਟ ਅਨਸਰ ਕੀ ਹੈ ਜੀ অপਸ਼ਨ ਏ 1818 ਈਸਵੀ ਵਿੱਚ 1818 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤ ਲਿਆ ਸੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਅਗਲਾ ਕੁਐਸਚਨ ਹੈ ਜੀ ਲਾਹੌਰ ਦਰਬਾਰ ਵਿੱਚ ਹੇਟ ਦਿੱਤਿਆਂ ਵਿੱਚੋਂ ਕੌਣ ਸਪੇਨ ਦਾ ਵਸਨੀਕ ਸੀ ਹਾਂਜੀ ਉਹ ਸਪੇਨ ਦਾ ਵਸਨੀਕ ਕੌਣ ਸੀਗਾ ਤਾਂ ਉਹ ਸੀਗਾ ਜੀ ਸਾਡਾ ਮਿਸਟਰ ਕੋਟ ਆਪਸ਼ਨ A ਮਿਸਟਰ ਕੋਟ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਰਾਜਕੁਮਾਰ ਨੌਨਿਹਾਲ ਸਿੰਘ ਪੁੱਤਰ ਸੀ ਰਾਜਕੁਮਾਰ ਨੌਨਿਹਾਲ ਪੁੱਤਰ ਸੀ ਕਿਸ ਦਾ ਜੀ ਇਹਦਾ ਕਰੈਕਟ ਆਨਸਰ ਹੈ ਆਪਸ਼ਨ B ਮਹਾਰਾਜਾ ਖੜ ਸਿੰਘ ਦਾ ਮਹਾਰਾਜਾ ਖੜ ਸਿੰਘ ਦਾ ਪੁੱਤਰ ਸੀ ਰਾਜਕੁਮਾਰ ਨੌਨਿਹਾਲ ਸਿੰਘ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸੀ ਖੜਕ ਸਿੰਘ ਖੜ ਸਿੰਘ ਦਾ ਪੁੱਤਰ ਸੀ ਨੌਨਿਹਾਲ ਸਿੰਘ ਠੀਕ ਹੈ ਜੀ ਅਗਲਾ ਕੁਐਸਚਨ ਕਰਦੇ ਹਾਂ ਜੀ ਆਪਾਂ ਮੋਸਟ ਇੰਪੋਰਟੈਂਟ ਲਾਰਡ ਐਲਨ ਬਰੋ ਦੇ ਸਥਾਨ ਤੇ ਭਾਰਤ ਦਾ ਗਵਰਨਰ ਜਨਰਲ ਕੌਣ ਬਣਿਆ ਸੀ ਠੀਕ ਹੈ ਜੀ ਲਾਰਡ ਐਲਨ ਬਰੋ ਦੇ ਸਥਾਨ ਤੇ ਭਾਰਤ ਦਾ ਗਵਰਨਰ ਜਨਰਲ ਕੌਣ ਬਣਿਆ ਸੀ ਤਾਂ ਇਹ ਬਣਿਆ ਸੀਗਾ ਜੀ ਆਪਸ਼ਨ ਸੀ ਲਾਰਡ ਹੈਨਰੀ ਹਾਰਡਿੰਗ ਲਾਰਡ ਹੈਨਰੀ ਹਾਰਡਿੰਗ ਲਾਰਡ ਹੈਨਰੀ ਹਾਰਡਿੰਗ ਠੀਕ ਹੈ ਜੀ ਇਸ ਦਾ ਕਰੈਕਟ ਆਨਸਰ ਹੈ ਲਾਰਡ ਹੈਨਰੀ ਹਾਰਡਿੰਗ ਤੇ ਅਗਲਾ ਕੁਐਸਚਨ ਕਰਦੇ ਹਾਂ ਜੀ ਪਹਿਲੇ ਐਂਗਲੋ ਸਿੱਖ ਚੁੱਤ ਦੌਰਾਨ ਕਿਹੜਾ ਸ਼ਹਿਰ ਬ੍ਰਿਟਿਸ਼ ਦਾ ਆਧਾਰ ਸੀ ਪਹਿਲੇ ਐਂਗਲੋ ਸਿੱਖ ਜੋਤੀ ਦੌਰਾਨ ਕਿਹੜਾ ਸ਼ਹਿਰ ਬ੍ਰਿਟਿਸ਼ ਦਾ ਆਧਾਰ ਸੀ ਤਾਂ ਇਹ கரੈਕਟ ਆਨਸਰ ਕੀ ਹੈ ਜੀ ਇਸ ਦਾ ਫਰੋਜਪੁਰ ਆਪਸ਼ਨ ਸਹੀ ਹੈ ਜੀ ਇਸ ਦਾ ਡੀ ਫਰੋਜਪੁਰ ਠੀਕ ਹੈ ਜੀ ਜੋ ਸਤਲੁਜ ਨਦੀ ਉੱਤੇ ਹੈ ਫਰੋਜਪੁਰ ਜੋ ਕਿ ਸਤਲੁਜ ਨਦੀ ਉੱਤੇ ਹੈ ਅਗਲਾ ਹੈ ਜੀ ਸਭਰਾਉਂ ਦੀ ਲੜਾਈ ਵਿੱਚ ਕੌਣ ਅੰਤ ਤੱਕ ਲੜਿਆ ਜੋ ਸਭਰਾਉਂ ਦੀ ਲੜਾਈ ਹੋਈ ਸੀ ਉਸ ਵਿੱਚ ਕੌਣ ਅੰਤ ਤੱਕ ਲੜਿਆ ਸੀ ਉਹ ਲੜਿਆ ਸੀ ਜੀ ਸ਼ਾਮ ਸਿੰਘ ਅਟਾਰੀ ਵਾਲਾ ਆਪਸ਼ਨ ਬੀ ਇਸ ਦਾ கரੈਕਟ ਆਨਸਰ ਹੈ ਸ਼ਾਮ ਸਿੰਘ ਅਟਾਰੀ ਵਾਲਾ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਗੁਲਾਬ ਸਿੰਘ ਡੋਗਰਾ ਨੂੰ ਜੰਮੂ ਅਤੇ ਕਸ਼ਮੀਰ ਦਾ ਮਹਾਰਾਜਾ ਇਸ ਦੇ ਅਧੀਨ ਕੀਤਾ ਗਿਆ ਸੀਗਾ ਠੀਕ ਹੈ ਜੀ ਤਾਂ ਗੁਲਾਬ ਸਿੰਘ ਡੋਗਰਾ ਨੂੰ ਜੰਮੂ ਅਤੇ ਕਸ਼ਮੀਰ ਦਾ ਮਹਾਰਾਜਾ ਕਿਸ ਦੇ ਅਧੀਨ ਕੁੱਛ ਕੀਤਾ ਗਿਆ ਸੀਗਾ ਤਾਂ ਇਹ ਕੀਤਾ ਗਿਆ ਸੀ ਆਪਸ਼ਨ ਸੀ ਅੰਮ੍ਰਿਤਸਰ ਦੀ ਸੰਧੀ ਆਪਸ਼ਨ ਸੀ ਅੰਮ੍ਰਿਤਸਰ ਦੀ ਸੰਧੀ ਹੋਈ ਸੀ 16 ਮਾਰਚ 1846 ਵਿੱਚ ਅੰਮ੍ਰਿਤਸਰ ਦੀ ਸੰਧੀ 16 ਮਾਰਚ 1846 ਵਿੱਚ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ 1846 ਵਿੱਚ ਲਾਹੌਰ ਵਿਖੇ ਬ੍ਰਿਟਿਸ਼ ਰਾਜ ਪ੍ਰਤੀਨਿਧੀ ਕਿਸ ਨੂੰ ਨਿਯੁਕਤ ਕੀਤਾ ਗਿਆ 1846 ਵਿੱਚ ਲਾਹੌਰ ਵਿੱਚ ਬ੍ਰਿਟਿਸ਼ ਰਾਜ ਦਾ ਪ੍ਰਤੀਨਿਧੀ ਕਿਸ ਨੂੰ ਕੌਸ਼ਤ ਕੀਤਾ ਨਿਯੁਕਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀ ਜੀ ਹੈਨਰੀ ਲਾਰੈਂਸ ਨੂੰ ਆਪਸ਼ਨ ਬੀ ਇਸ ਦਾ ਕਰੈਕਟ ਆਨਸਰ ਹੈ ਹੈਨਰੀ ਲਾਰੈਂਸ 1849 ਵਿੱਚ ਮੁਲਤਾਨ ਦਾ ਗਵਰਨਰ ਕੌਣ ਸੀ ਤਾਂ ਮੁਲਤਾਨ ਦਾ ਗਵਰਨਰ ਸੀਗਾ ਜੀ ਮੂਲ ਰਾਜ ਆਪਸ਼ਨ ਏ ਇਸ ਦਾ ਕਰੈਕਟ ਆਨਸਰ ਹੈ ਮੂਲ ਰਾਜ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ 1849 ਵਿੱਚ ਭਾਰਤ ਦਾ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀ 1849 ਵਿੱਚ ਭਾਰਤ ਦਾ ਜੋ ਬ੍ਰਿਟਿਸ਼ ਗਵਰਨਰ ਜਨਰਲ ਸੀ ਉਹ ਕੌਣ ਸੀ ਠੀਕ ਹੈ ਜੀ ਤਾਂ ਇਹਦਾ ਕਰੈਕਟ ਆਨਸਰ ਹੈ অপਸ਼ਨ ਸੀ ਲਾਰਡ ਡਲਹੌਜੀ ਲਾਰਡ ਡਲਹੌਜੀ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਸੀ ਠੀਕ ਹੈ ਜੀ ਅਗਲਾ ਕੁਐਸਚਨ ਕਰਦੇ ਹਾਂ ਜੀ ਆਪਾਂ ਆਖਿਰ ਪੰਜਾਬ ਤੇ ਕਦੋਂ ਕਬਜ਼ਾ ਕੀਤਾ ਗਿਆ ਆਖਿਰ ਪੰਜਾਬ ਉੱਤੇ ਕਦੋਂ ਕਬਜ਼ਾ ਕੀਤਾ ਗਿਆ ਸੀ? ਕਰੈਕਟ ਆਨਸਰ ਕੀ ਆਵੇਗਾ ਜੀ? ਦੇਖੋ ਮਾਰਚ ਸਾਰੀ ਡੇਟ ਦੇ ਵਿੱਚ ਹੀ ਮਾਰਚ ਹੈ। ਸੋ ਅਸੀਂ ਧਿਆਨ ਨਾ ਪੜਾਂਗੇ ਤਾਂ ਇੱਥੇ ਆਪਸ਼ਨ ਸੀ ਕਰੈਕਟ ਆਨਸਰ ਹੈ ਜੀ 30 ਮਾਰਚ 1849 ਨੂੰ। ਆਪਸ਼ਨ ਸੀ ਸੀ 30 ਮਾਰਚ 1849 ਨੂੰ ਭਾਰਤ ਉੱਤੇ ਆ ਆਪਣਾ ਪੰਜਾਬ ਉੱਤੇ ਪੂਰਾ ਕਬਜ਼ਾ ਕਰ ਲਿਆ ਗਿਆ ਸੀ। ਹੜੱਪਾ ਸ਼ਹਿਰ ਕਿਸ ਨਦੀ ਦੇ ਕੰਢੇ ਸਥਿਤ ਹੈ? ਹੜੱਪਾ ਸ਼ਹਿਰ ਕਿਸ ਨਦੀ ਦੇ ਕੰਢੇ ਸਥਿਤ ਹੈ ਜੀ? ਇਹ ਹੈ ਜੀ ਆਪਸ਼ਨ ਏ ਰਾਵੀ ਨਦੀ ਦੇ ਕੰਢੇ ਉੱਤੇ। ਇਹ ਹੈ ਜੀ ਆਪਸ਼ਨ ਏ ਰਾਵੀ ਨਦੀ ਦੇ ਕੰਡੇ ਉੱਤੇ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਸ਼ਾਹੀ ਇਸ਼ਨਾਨ ਨਾਲ ਕਿਹੜਾ ਸ਼ਹਿਰ ਜੁੜਿਆ ਹੋਇਆ ਹੈ ਸ਼ਾਹੀ ਇਸ਼ਨਾਨ ਨਾਲ ਕਿਹੜਾ ਸ਼ਹਿਰ ਜੁੜਿਆ ਹੋਇਆ ਹੈ ਜੀ ਮਹਿੰਜੋਦੜੋ ਆਪਸ਼ਨ ਡੀ ਮਹਿੰਜੋਦੜੋ ਠੀਕ ਹੈ ਜੀ ਅਗਲਾ ਕੁਐਸਚਨ ਹੈ ਸਿੰਧ ਘਾਟੀ ਸਭਿਅਤਾ ਦੀ ਮੁੱਖ ਵਿਸ਼ੇਸ਼ਤਾ ਕੀ ਹੈ ਤਾਂ ਜੋ ਸਿੰਧ ਘਾਟੀ ਸਭਿਅਤਾ ਦੀ ਮੁੱਖ ਵਿਸ਼ੇਸ਼ਤਾ ਹੈ ਉਹ ਹੈ ਸਾਡੀ ਸ਼ਹਿਰ ਯੋਜਨਾਬੰਦੀ ਆਪਸ਼ਨ ਬੀ ਇਸ ਦਾ ਕਰੈਕਟ ਆਨਸਰ ਹੈ ਹੇਰ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਪੁਰਾਤਨ ਹੈ ਹਾਂਜੀ ਕਿਹੜਾ ਵੀ ਸਭ ਤੋਂ ਪੁਰਾਤਨ ਹੈ ਤਾਂ ਇੱਥੇ ਕਰੈਕਟ ਆਨਸਰ ਕੀ ਹੈ ਜੀ ਆਪਸ਼ਨ ਸੀ ਰਿਗਵੇਦ ਰਿਗਵੇਦ ਸਾਰੇ ਵੇਦਾਂ ਨਾਲੋਂ ਪੁਰਾਣਾ ਹੈ ਠੀਕ ਹੈ ਜੀ ਅਗਲਾ ਕੁਐਸਚਨ ਹੈ ਜੀ ਅਸ਼ਵ ਸ਼ਬਦ ਦਾ ਕੀ ਅਰਥ ਹੈ ਅਸ਼ਵ ਅਸ਼ਵ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਆਪਸ਼ਨ ਡੀ ਕੋੜਾ ਕੋੜੇ ਨੂੰ ਇਸ ਨੂੰ ਕਿਹਾ ਜਾਂਦਾ ਹੈ ਮਹਾਰਾਸ਼ਟ ਮਹਾ ਭਾਰਤ ਵਿੱਚ ਜੁਡੀਸ਼ਟਰ ਮੁਖੀ ਹੈ ਹਾਂ ਜੀ ਜੋ ਮਹਾ ਭਾਰਤ ਹੈ ਜੁਡੀਸ਼ਟਰ ਕਿਹਨਾਂ ਦਾ ਮੁਖੀ ਸੀ ਤਾਂ ਇੱਥੇ करेक्ट ਆਨਸਰ ਕੀ ਹੈ ਜੀ ਆਪਸ਼ਨ ਬੀ ਪਾੜਵਾਦ ਦੇਖੋ ਹਿਸਟਰੀ ਦੇ ਵਿੱਚ ਕਿੱਥੋਂ-ਕਿੱਥੋਂ ਕੁਐਸਚਨ ਆ ਜਾਂਦੇ ਨੇ ਸੋ ਹਿਸਟਰੀ ਨੂੰ ਬੜੇ ਧਿਆਨ ਨਾਲ ਪੜ੍ਹਨ ਦੀ ਲੋੜ ਹੈ ਠੀਕ ਹੈ ਜੀ ਅਗਲਾ ਕੁਐਸਚਨ ਕਰਦੇ ਆ ਜੀ ਆਪਾਂ ਕਿਸ ਨੂੰ ਜੈਨੀਆਂ ਦਾ 24ਵਾਂ ਤੀਰਥੰਕਰ ਮੰਨਿਆ ਗਿਆ ਹੈ ਹਾਂਜੀ 24ਵਾਂ ਤੀਰਥੰਕਰ ਕਿਸ ਨੂੰ ਮੰਨਿਆ ਗਿਆ ਹੈ 24ਵਾਂ ਤੀਰਥੰਕਰ ਮੰਨਿਆ ਗਿਆ ਹੈ ਜੀ ਸਾਡੇ ਕੋਲ ਇੱਥੇ ਆਪਸ਼ਨ ਹੈ ਪਹਿਲਾ ਇਹ ਹੈ ਜੀ ਪਾਰਸ਼ੂਨਾਥ ਦੂਸਰਾ ਹੈ ਜੀ ਰਿਸ਼ਭਦੇਵ ਸੀ ਹੈ ਜੀ ਮਹਾਵੀਰ ਡੀ ਹੈ ਜੀ ਗੌਤਮ ਸੋ ਜਿਹੜਾ ਪਹਿਲਾ ਸੀਗਾ ਜੀ ਤੀਰਥੰਕਰ ਉਹ ਤਾਂ ਸੀ ਰਿਸ਼ਭਦੇਵ ਠੀਕ ਹੈ ਜੀ 23ਵਾਂ ਸੀ ਪਾਰਸ਼ੂਨਾਥ ਤੇ 24ਵਾਂ ਸੀ ਮਹਾਵੀਰ ਠੀਕ ਹੈ ਜੀ ਤਾਂ ਕਰੈਕਟ ਆਨਸਰ ਕੀ ਆਵੇਗਾ ਮਹਾਵੀਰ ਅਗਲਾ ਕੁਐਸਚਨ ਹੈ ਜੀ ਭਗਵਾਨ ਮਹਾਵੀਰ ਦਾ ਦੇਹਾਂਤ ਹੋਇਆ ਸੀ ਭਗਵਾਨ ਮਹਾਵੀਰ ਦਾ ਦੇਹਾਂਤ ਕਿੱਥੇ ਹੋਇਆ ਸੀ ਜੀ ਪਾਵਾਪੂਰੀ ਵਿਖੇ ਆਪਸ਼ਨ ਬੀ கரੈਕਟ ਆਨਸਰ ਕੀ ਹੈ ਜੀ ਪਾਵਾਪੂਰੀ ਵਿਖੇ ਅਗਲਾ ਕੁਐਸਚਨ ਹੈ ਜੀ ਅਸ਼ਟਾਂਗਿਕਾ ਮਾਰਗ ਦੀ ਸਪਾਰਸ਼ ਕਿਸ ਦੁਆਰਾ ਕੀਤੀ ਗਈ ਸੀ ਅਸ਼ਟਾਂਗ ਮਾਰਗ ਕਿਸ ਨੇ ਕਿਹਾ ਅਸ਼ਟਾਂਗ ਮਾਰਗ ਬਾਰੇ ਤਾਂ ਇਹ ਕਿਹਾ ਸੀ ਸਾਡੇ ਭਗਵਾਨ ਬੁੱਧ ਨੇ ਆਪਸ਼ਨ ਏ ਇਸ ਦਾ ਕਰੈਕਟ ਆਨਸਰ ਹੈ ਜੀ ਭਗਵਾਨ ਬੁੱਧ ਅਗਲਾ ਕੁਐਸਚਨ ਹੈ ਜੀ ਹੇਟ ਦਿੱਤਿਆਂ ਵਿੱਚੋਂ ਕਿਹੜਾ ਇਤਿਹਾਸਿਕ ਸ਼ਹਿਰ ਨਹੀਂ ਹੈ ਤਾਂ ਇੱਥੇ ਹੈ ਜੀ ਗਿਆ ਗਿਆ ਇੱਕ ਇਤਿਹਾਸਕ ਸ਼ਹਿਰ ਨਹੀਂ ਹੈ ਪਟਨਾ ਵੀ ਹੈ ਮਗਧ ਵੀ ਹੈ ਪਾੜਲੀਪੁੱਤਰ ਵੀ ਹੈ ਅਗਲਾ ਕੁਐਸਚਨ ਹੈ ਜੀ ਮੋਰੀਆ ਰਾਜਵੰਸ਼ ਦੀ ਖੋਜ ਕਿਸ ਨੇ ਕੀਤੀ ਠੀਕ ਹੈ ਜੀ ਮੋਰੀਆ ਹੂ ਫਾਊਂਡਡ ਦਾ ਮੋਰਨ ਡਾਇਨਸਟੀ ਹਾਂਜੀ ਮੋਰੀਆ ਡਾਇਨਸਟੀ ਹੈ ਉਹ ਕਿਸ ਨੇ ਪੈਦਾ ਕੀਤੀ ਸੀ ਇਹ ਕੀਤੀ ਸੀ ਜੀ ਸਾਡੇ ਆਪਸ਼ਨ ਸੀ ਚੰਦਰ ਗੁਪਤ ਨੇ ਠੀਕ ਹੈ ਜੀ ਚੰਦਰ ਗੁਪਤ ਨੇ ਅਗਲਾ ਕੁਐਸਚਨ ਹੈ ਜੀ ਅਰਸ਼ਾਸਤਰ ਦੇ ਲੇਖਕ ਦੀ ਪਛਾਣ ਕਰੋ ਅਰਸ਼ਾਸਤਰ ਕਿਸ ਦੀ ਪੁਸਤਕ ਹੈ ਇਹ ਹੈ ਜੀ ਆਪਸ਼ਨ ਬੀ ਕੁਟਲਿਆ ਦੀ ਕੁਟਲਿਆ ਦੀ ਪੁਸਤਕ ਹੈ ਅਰਸ਼ਾਸ਼ਤਰ ਅਗਲਾ ਕੁਐਸਚਨ ਹੈ ਜੀ ਹੂ ਵਾਸ ਦਾ ਰੈਫਰਡ ਟੂ ਐਜ਼ ਅ ਪ੍ਰਦਰਸ਼ੀ ਹਾਂਜੀ ਪ੍ਰਦਰਸ਼ੀ ਕਿਸ ਨੂੰ ਕਿਹਾ ਜਾਂਦਾ ਹੈ ਪ੍ਰਦਰਸ਼ੀ ਕਿਹਾ ਜਾਂਦਾ ਹੈ ਜੀ ਆਪਸ਼ਨ ਡੀ ਸਮਰਾਟ ਅਸ਼ੋਕ ਨੂੰ ਸਮਰਾਟ ਅਸ਼ੋਕ ਨੂੰ ਪ੍ਰਦਰਸ਼ੀ ਕਿਹਾ ਜਾਂਦਾ ਹੈ ਸੋ ਦੋਸਤੋ ਇਹ ਸਨ 95 ਤੱਕ ਕੁਝ ਕੁਐਸਚਨ ਅਗਲੀ ਅਗਲੇ ਜੋ ਕੁਐਸਚਨ ਨੇ ਨਵੀਂ ਵੀਡੀਓ ਚ ਬਣਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹੋਰਾਂ ਦਾ ਵੀ ਫਾਇਦਾ ਹੋ ਸਕੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ